ਅੱਜ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਉਹ ਕੰਸਲਟੈਂਟ ਨੇ ਪੰਜਾਬ ਦੇ ਜਿਨ੍ਹਾਂ ਦਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਸਾਡੇ ਤੋਂ ਲੱਗਿਆ। ਤਿੰਨ ਰਿਫਿਊਜ਼ਲਾਂ ਉਹ ਲਵਾ ਚੁੱਕੇ ਸੀ। ਪਹਿਲਾਂ ਖੁਦ ਪੰਜਾਬ ਦੇ ਵਿੱਚ ਇੱਕ ਏਜੰਟ ਸੀਗੇ, ਫਾਈਲਾਂ ਲਾਉਂਦੇ ਹੁੰਦੇ ਸੀਗੇ, ਪਰ ਉਹਨਾਂ ਨੇ ਆਪਦੀ ਫਾਈਲ ਲਾਉਣ ਦੇ ਲਈ ਸਾਨੂੰ ਚੂਜ਼ ਕੀਤਾ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ। ਪਰ ਇੱਕ ਬਹੁਤ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਬੈਠੇ ਸੱਜਣ ਘਰ ਵਾਲੀ ਤੇ 20-22 ਲੱਖ ਰੁਪਇਆ ਲਾ ਲੈਂਦੇ ਆ, ਪਰ ਜਦੋਂ ਆਪਦੀ ਵਾਰੀ ਆਉਂਦੀ ਆ ਕਹਿੰਦੇ ਵੀ ਫ੍ਰੀ 'ਚ ਜਾਣਾ, ਫ੍ਰੀ 'ਚ ਕੰਮ ਸਰਜੇ, ਪਰ 2-4 ਰਿਫਿਊਜ਼ਲਾਂ ਲੱਗ ਜਾਂਦੀਆਂ ਤੇ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ। ਜਿਹੜੇ ਸੱਜਣ ਆ ਸਾਡੇ ਪੰਜਾਬ ਦੇ ਵਿੱਚ, ਉਹਨਾਂ ਨੇ ਚੰਗੀ ਦੁਕਾਨਦਾਰੀ ਕੀਤੀ ਆ, ਇੱਥੇ ਸਵਾਲ ਅੱਜ ਉਹਨਾਂ ਤੋਂ ਕਰਨੇ ਆ ਵੀ ਉਹ ਹੁਣ ਤੱਕ ਕੈਨੇਡਾ ਪਹੁੰਚ ਚੁੱਕੇ ਆ, ਸੋ ਕਿੱਦਾਂ ਉਹ ਕਲਾਇੰਟਾਂ ਨੂੰ ਦੇਖਦੇ ਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕਰਦੇ ਆ ਬਾਈ ਪ੍ਰੀਤ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਬਾਈ ਪ੍ਰੀਤ, ਅੱਜ ਇੱਕ ਸਵਾਲ ਹੈ ਕਿ ਪੰਜਾਬ ਦੇ ਵਿੱਚ ਖੁਦ ਤੁਸੀਂ ਇੱਕ ਏਜੰਟ ਹੋ, ਠੀਕ ਹੈ? ਤੁਸੀਂ 3 ਰਿਫਿਊਜ਼ ਨਾਲ ਲਵਾ ਕੇ ਬੈਠੇ ਸੀ ਇਹ ਪਹਿਲਾਂ, ਠੀਕ ਹੈ, ਤੇ ਬਿਲਕੁਲ ਚੌਥੀ ਵਾਰ ਤੁਸੀਂ ਸਾਡੇ ਕੋਲੇ ਆ ਗਏ ਹੋ, ਤੇ ਤੁਸੀਂ ਮਾੜੀ ਜੀ ਇਹ ਗੱਲ ਦੱਸੋ ਕਿ ਏਜੰਟ ਨੂੰ ਇੱਕ ਕੰਸਲਟੈਂਟ ਦੀ ਲੋੜ ਕਿਵੇਂ ਪੈ ਗਈ? ਮਹਾਰਾਜ ਤੁਸੀਂ ਤੇ ਬਥੇਰੀਆਂ ਫਾਈਲਾਂ ਵਿਸਟਲ ਵੁਸਟਲ ਦੀਆਂ, ਮੈਂ ਕਹਿੰਦਾ ਬੜੇ ਸਪਾਊਸ ਵੀ ਜੇ ਤੁਸੀਂ ਵੀ ਲਵਾਉਂਦੇ ਰਹੇ ਆ, ਤੁਹਾਡੇ ਵਾਰੀ ਤੁਹਾਨੂੰ ਕੀ ਲੋੜ ਪੈ ਗਈ ਮਾੜੀ ਜੀ ਇਸ ਗੱਲ ਦਾ ਜਵਾਬ? ਬਿਲਕੁਲ ਜੀ, ਇਸ ਗੱਲ ਦਾ ਜਵਾਬ ਇਹ ਵੇ ਕਿ ਫਾਈਲ ਦੇ ਵਿੱਚ ਬੜੀਆਂ ਗੱਲਾਂ ਐਵੇਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਓਵਰਆਲ ਲਾਈਕ ਸਿੰਪਲ ਤਰੀਕੇ ਦੇ ਨਾਲ ਆਪਾਂ ਨੂੰ ਨਹੀਂ ਪਤਾ ਹੈਗੀਆਂ, ਕਿਉਂਕਿ ਹੁਣ ਕੈਨੇਡਾ ਦਾ ਲੈ ਕੇ ਚੱਲੀਏ ਤਾਂ ਸਾਰੇ ਮੰਨ ਕੇ ਬਿੰਦੇ ਨੇ ਕਿ ਆਪਣਾ ਸਿੰਪਲ ਡਾਕੂਮੈਂਟੇਸ਼ਨ ਹੈ, ਸਿੰਪਲ ਫਾਈਲ ਹੈ ਵੀ ਚੱਕ ਕੇ ਲਾ ਦਿਓ ਤੇ ਆਪਣਾ ਵੀਜ਼ਾ ਮਿਲ ਜਾਂਦਾ ਹੈ, ਬਟ ਇਵੇਂ ਦਾ ਬਿਲਕੁਲ ਨਹੀਂ ਹੈਗਾ। ਹਰ ਇੱਕ ਪ੍ਰੋਫਾਈਲ ਡਿਪੈਂਡ ਕਰਦੀ ਹੈ, ਸੈਪਰੇਟ ਸੈਪਰੇਟ ਫਾਈਲ ਹੁੰਦੀ ਹੈ, ਸੈਪਰੇਟ ਫਾਈਲ ਦੇ ਅਕੋਰਡਿੰਗ ਕਿਹੜੀ ਡਾਕੂਮੈਂਟੇਸ਼ਨ ਲੱਗਣੀ ਹੈ, ਅੰਬੈਸੀ ਆਫੀਸਰ ਨੇ ਕਿਹੜਾ ਡਾਕੂਮੈਂਟ ਰਿਕੁਆਇਰ ਕਰਨਾ ਹੈ, ਕਿਹੜਾ ਡਾਕੂਮੈਂਟ ਉਹਨੂੰ ਚਾਹੀਦਾ ਹੈ, ਉਹ ਡਾਕੂਮੈਂਟ ਸਪੈਸ਼ਲੀ ਹੋਣਾ ਜਾਂ ਲਾਈਕ ਰੀਪ੍ਰੈਜੈਂਟੇਸ਼ਨ ਇੱਕ ਤਰ੍ਹਾਂ ਦੀ, ਉਹ ਚੀਜ਼ਾਂ ਮੈਟਰ ਕਰਦੀਆਂ ਨੇ ਜੀ। ਉਹ ਚੀਜ਼ਾਂ ਸੈਪਰੇਟ ਕਰਦੀਆਂ ਨੇ ਆਪਾਂ ਨੂੰ ਲਾਈਕ ਇੱਕ ਏਜੰਟ ਨੂੰ APR ਲਾਈਕ IRCC ਮੈਂਬਰ ਨਾਲੋਂ ਤੇ ਇੱਕ ਹਨਾ ਰੀਪ੍ਰੈਜੈਂਟੇਟਿਵ ਦੇ ਨਾਲੋਂ ਆਪਾਂ ਨੂੰ ਸੈਪਰੇਟ ਕਰ। ਜਿਹੜੀ ਪ੍ਰੋਫਾਈਲ ਲਾਈਕ ਜਿਹੜੇ ਮੈਂ ਵਰਕ ਕਰਦਾ ਰਿਹਾ ਵਾਂ ਜਾਂ ਪੰਜਾਬ ਦੇ ਵਿੱਚ ਪ੍ਰੋਫਾਈਲ ਦੇ ਉੱਤੇ ਬਹੁਤ ਪ੍ਰੋਫਾਈਲ ਦੇ ਉੱਪਰ ਮੈਂ ਵਰਕ ਕੀਤਾ ਹਨਾ, ਸਿੰਪਲੀ ਲਾਈਕ ਵੀਜ਼ਾਜ਼ ਵੀ ਰਿਸੀਵ ਹੋਏ ਨੋ ਡਾਊਟ, ਬਟ ਉਹਦੇ ਵਿੱਚ ਐਵੇਂ ਸੀ ਕਿ ਉਹ ਕਾਫੀ ਜ਼ਿਆਦੀਆਂ ਸਿੰਪਲ ਤੇ ਸੋਲਿਡ ਪ੍ਰੋਫਾਈਲਸ ਹੁੰਦੀਆਂ ਸੀ, ਉਹ ਲਾਈਕ ਉਹਨਾਂ ਦੇ ਵੀਜ਼ਾਜ਼ ਰਿਸੀਵ ਹੋ ਜਾਂਦੇ ਸੀ ਈਜ਼ਲੀ। ਬਟ ਜਿਹੜਾ ਮੇਰਾ ਕੇਸ ਸੀ, ਮੇਰੇ ਕੇਸ ਦੇ ਵਿੱਚ ਐਵੇਂ ਹੋ ਗਿਆ ਕਿ ਮੈਂ ਲਾਈਕ ਇਨੀਸ਼ਲੀ ਥੋੜਾ ਜਿਹਾ ਕਾਲੀ ਕਰਕੇ ਡਾਕੂਮੈਂਟੇਸ਼ਨ ਇਸ ਤਰੀਕੇ ਦੇ ਨਾਲ ਰੀਪ੍ਰੈਜੈਂਟ ਕਰਕੇ ਉਹਨੂੰ ਬਾਅਦ ਵਿੱਚ ਲਾਈਕ ਕਲੀਅਰ ਆਊਟ ਕਰਨਾ, ਉਹਦਾ ਬਾਅਦ ਵਿੱਚ ਉਹਨੂੰ ਲਾਈਕ ਸਹੀ ਕਰਨਾ ਬਿਲਕੁਲ ਮੇਰੇ ਲਈ ਇੰਪੋਸੀਬਲ ਹੋ ਗਿਆ। ਇਸ ਕਰਕੇ ਮੈਂ ਤੁਹਾਡੇ ਨੂੰ ਵਿਜ਼ਿਟ ਕੀਤਾ ਕਿਉਂਕਿ ਉਹ ਚੀਜ਼ਾਂ ਮੇਰੇ ਹੱਥ ਵਸੋਂ ਬਾਹਰ ਹੋ ਗਈਆਂ ਸਨ, ਮੇਰੀ ਨੌਲੇਜ ਤੋਂ ਬਾਹਰ ਹੋ ਗਈਆਂ ਸਨ, ਤੇ ਇਸ ਕਰਕੇ ਮੈਂ ਤੁਹਾਡੇ ਕੋਲ ਵਿਜ਼ਿਟ ਕੀਤਾ। ਤੇ ਬਿਲਕੁਲ ਤੁਸੀਂ ਉਹ ਚੀਜ਼ਾਂ ਨੂੰ ਕਰੈਕਟ ਕਰਕੇ ਆਪਣੀ ਇਨਫੋਰਮੇਸ਼ਨ ਯੂਜ਼ ਕਰਕੇ ਲਾਈਕ ਆਪਣੀ ਨੌਲੇਜ ਯੂਜ਼ ਕਰਕੇ ਹਨਾ ਤਾਂ ਵੀਜ਼ਾ ਰਿਸੀਵ ਲਾਈਕ ਵੀਜ਼ਾ ਕਢਵਾ ਕੇ ਦਿੱਤਾ ਹੈ, ਉਹਦੇ ਲਈ ਬਹੁਤ ਬਹੁਤ ਥੈਂਕ ਬਾਈ ਪ੍ਰੀਤ। ਅਗਲਾ ਸਵਾਲ ਹੈ ਕਿ ਇੱਕ ਖੁਦ ਏਜੰਟ ਹੁੰਦਾ ਜਿਹੜਾ ਬੰਦਾ ਲਾਈਕ ਤੁਸੀਂ ਹੋ, ਠੀਕ ਹੈ, ਤੇ ਇੱਥੇ ਹੁਣ ਗੱਲ ਲੁਕਾਉਣ ਵਾਲੀ ਨਹੀਂ ਹੋਣੀ ਵੀ ਕਿੱਦਾਂ ਟਾਰਗੇਟ ਕੀਤਾ ਜਾਂਦਾ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਨੂੰ, ਸਕੈਮ ਕਿੱਦਾਂ ਕੀਤਾ ਜਾਂਦਾ ਉਹਨਾਂ ਨੂੰ, ਠੀਕ ਹੈ, ਉਹਨਾਂ ਨੂੰ ਫਾਈਲਾਂ ਨਹੀਂ ਦਿੱਤੀਆਂ ਜਾਂਦੀਆਂ, ਠੀਕ ਹੈ, ਇਹ ਕਿਉਂ ਕੀਤਾ ਜਾਂਦਾ ਤੇ ਫਿਰ ਵੀ ਸਾਡੇ ਪੰਜਾਬ ਦੇ ਲੋਕ ਇਨੋਸੈਂਟ ਆ ਜਾਂ ਜਾਣ ਬੁੱਝ ਕੇ ਸੱਜਣਾ ਜਿਹੜੇ ਕੰਮ ਕਰਦੇ ਆ ਅਨਆਥੋਰਾਈਜ਼ ਆ, ਠੀਕ ਹੈ, ਉਹਨਾਂ ਕੋਲੇ ਫਸਦੇ ਆ? ਮਾੜਾ ਜਿਹਾ ਇਸ ਗੱਲ ਦਾ ਜਵਾਬ ਦਿਓ। ਇਹਦੇ ਵਿੱਚ ਇਹ ਵੇ ਕਿ ਆਪਾਂ ਚੀਜ਼ਾਂ ਸੌਖੀਆਂ ਚੀਜ਼ਾਂ ਨਾਲ ਜ਼ਿਆਦਾ ਭੱਜਦੇ ਹਾਂ, ਤਾਂ ਕਰਕੇ ਜਿਹੜੇ ਆਪਣੇ ਲਾਈਕ ਪੰਜਾਬ ਦੇ ਬੰਦੇ ਨੇ ਉਹ ਫਸਦੇ ਨੇ ਕਿ ਉਹਨਾਂ ਨੂੰ ਸੌਖੀ ਚੀਜ਼ ਇਹ ਮਿਲ ਜਾਂਦੀ ਹੈ ਕਿ ਪੈਸੇ ਲਾਈਕ ਵੀਜ਼ੇ ਤੋਂ ਬਾਅਦ ਹੋ ਜਾਂਦੇ ਨੇ, ਜਾਂ ਫਿਰ ਫੰਡਿੰਗ ਜਿਹੜੀ ਕਿ ਯੂਜ਼ੁਅਲੀ ਆਪਾਂ ਨੂੰ ਦਿੱਕਤ ਕਰਦੀ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ, ਉਹ ਚੀਜ਼ ਕਰਕੇ ਕਿ ਉਹ ਉਹਨਾਂ ਨਾਲ ਭੱਜਦੇ ਨੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਇਹ ਫੰਡਿੰਗ ਵੀ ਆਪੇ ਕਰ ਦੇਣਗੇ, ਪੰਜਾਬ ਦੇ ਵਿੱਚ ਵੀ ਜਿਹੜੇ ਆਪਣੇ ਲਾਈਕ ਏਜੰਟਸ ਯੂਜ਼ੁਅਲੀ ਵਰਕ ਕਰ ਰਹੇ ਨੇ ਉਹ ਹਰ ਇੱਕ ਆਪਸ਼ਨ ਦਿੰਦੇ ਨੇ ਕਿ ਫੰਡਿੰਗ ਵੀ ਅਸੀਂ ਕਰ ਦਾਂਗੇ ਬਾਈ ਜੀ, ਬਾਕੀ ਡਾਕੂਮੈਂਟੇਸ਼ਨ ਵੀ ਵਿੱਚੋਂ ਅਸੀਂ ਕਰ ਦਾਂਗੇ ਜਿਹੜੇ ਮਿਸ ਹੋਣਗੇ ਤੁਹਾਡੇ ਤੋਂ, ਤੇ ਸੋ ਇਹ ਚੀਜ਼ਾਂ ਲਾਈਕ ਚੱਲ ਰਹੀਆਂ ਨੇ। ਫਿਰ ਜਦੋਂ ਲਾਈਕ ਲੁਕਾਉਣ ਦਾ ਇਹੀ ਰੀਜ਼ਨ ਫਿਰ ਫਾਈਲ ਲੁਕਾਉਣ ਦਾ ਬਣ ਜਾਂਦਾ ਉਹਨਾਂ ਦੇ ਲਈ, ਕਿਉਂਕਿ ਉਹਨਾਂ ਨੇ ਪ੍ਰੋਮਿਸ ਤਾਂ ਕੀਤੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਚੀਜ਼ਾਂ ਵੀ, ਤੁਹਾਡੀ ਫੰਡਿੰਗ ਵੀ ਕਰ ਦਾਂਗੇ, ਸਟੇਟਮੈਂਟ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਉਹ ਵੀ ਕਰ ਦਾਂਗੇ, ਬਟ ਐਕਚੁਅਲ ਦੇ ਵਿੱਚ ਜਦੋਂ ਪ੍ਰੋਫਾਈਲਿੰਗ ਪ੍ਰੋਫਾਈਲ ਲਾਈਕ ਉਹਨਾਂ ਨੇ ਬਣਾਉਣੀ ਹੈ ਤਾਂ ਉਹ ਖੁਦ ਲਾਈਕ ਉਹਨਾਂ ਨੂੰ ਬੜੀਆਂ ਚੀਜ਼ਾਂ ਦੇ ਵਿੱਚ ਡਾਊਟ ਰਹਿੰਦੇ ਨੇ, ਉਹ ਇੱਕ ਤਰ੍ਹਾਂ ਨਾਲ ਬਸ ਲਾਈਕ ਤੀਰ ਪਾ ਕੇ ਛੱਡ ਦਿੰਦੇ ਨੇ ਕਿ ਲੱਗ ਗਿਆ ਤੇ ਠੀਕ ਹੈ, ਨਹੀਂ ਤੇ ਫਿਰ ਉਹਨਾਂ ਦਾ ਜਾਂਦਾ ਵੀ ਕੁਛ। ਇਹ ਚੀਜ਼ ਮੈਟਰ ਇਹ ਚੱਲ ਰਹੀ ਹੈ ਜੀ। ਤੇ ਬਾਈ ਪ੍ਰੀਤ, ਅਗਲਾ ਸਵਾਲ ਆ, ਬੜਾ ਵੱਡਾ ਤੇ ਡੂੰਘਾ ਸਵਾਲ ਪੁੱਛਿਆ ਜਾ ਰਿਹਾ, ਮੈਂ ਤਿੱਖੇ ਸਵਾਲ ਤੁਹਾਡੇ ਤੋਂ ਇਸ ਕਰਕੇ ਕਰ ਰਿਹਾ ਕਿਉਂਕਿ ਤੁਸੀਂ ਇੱਕ ਏਜੰਟ ਸੀ ਇਹ ਪੰਜਾਬ, ਠੀਕ ਹੈ, ਤੇ ਤੁਸੀਂ GCK ਤੋਂ ਫਾਈਲਾਂ ਲਾ ਕੇ, ਠੀਕ ਹੈ, ਜਿਹੜਾ ਕੰਮ ਇੰਡੀਆ ਦੇ ਵਿੱਚ ਚੱਲਦਾ, ਤੇ ਉਹਦੇ ਵਿੱਚ ਤਾਂ ਬਾਈ ਜੀ ਫਿਰ ਵੀਜ਼ਾ ਮਿਲਣਾ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਨੂੰ ਥੋੜਾ ਜਿਹਾ ਔਖਾ ਹੀ ਹੁੰਦਾ ਹੋਣਾ, ਜੇ ਲੱਗ ਗਿਆ ਤੇ ਤਾਂ ਠੀਕ ਹੈ, ਜੇ ਨਹੀਂ ਲੱਗਿਆ ਤੇ ਤਾਂ ਠੀਕ ਹੈ। ਕਿੱਦਾਂ ਤੁਸੀਂ ਫਾਈਲਾਂ ਜਿਹੜੇ ਤੁਹਾਡੇ ਸਟਾਫ ਦੇ ਅੰਦਰ ਲੋਕ ਆ ਉਹ ਕਿੱਦਾਂ ਦੀਆਂ ਫਾਈਲਾਂ
ਕਿਵੇਂ ਲਾਉਂਦੇ ਆ, ਮਾੜਾ ਜਿਹਾ ਉਹ ਸਮਝਾ ਦਿਓ। ਠੀਕ ਹੈ, ਤੁਸੀਂ ਅਜੇ ਏਜੰਟਾਂ ਦੇ, ਉਹਦੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਏਜੰਟ ਆ, ਉਹਨਾਂ ਦੇ ਬਿਲਕੁਲ ਰਾਜ ਬੜੇ ਜਿਹਾ ਖੋਲ ਦਿਓ ਬਸ। ਉਹਦੇ ਵਿੱਚ ਐਵੇਂ ਹੈ ਕਿ ਜ਼ਿਆਦਾ ਬਿਲਕੁਲ ਆਪਾਂ ਸਟੀਕ ਇਨਫੋਰਮੇਸ਼ਨ ਤੇ ਹਨਾ ਆਪਣੀ ਟੀਮ ਦੀ ਜਾਂ ਬਾਕੀ ਹੋਰ ਚੀਜ਼ਾਂ ਨਹੀਂ ਬਿਲਕੁਲ ਉਹ ਕਰ ਸਕਦੇ ਹੈਗੇ, ਬਟ ਇਹਦੇ ਵਿੱਚ ਮੇਨ ਚੀਜ਼ ਤਾਂ ਇਹੀ ਹੈ ਕਿ ਆਪਾਂ ਨੇ ਪ੍ਰੋਫਾਈਲ ਜੋ ਵੀ ਆਪਣੇ ਕੋਲ ਆਉਂਦੀ ਸੀ ਜਾਂ ਕਿਵੇਂ ਵੀ ਉਹ ਸਿੰਪਲੀ ਆਪਾਂ ਨੇ ਡਨ ਕਰਕੇ ਅਕੋਰਡਿੰਗ ਟੂ ਦਾ ਨੋਲਜ ਕਿ ਜਿੰਨੀ ਕੁ ਆਪਾਂ ਨੂੰ ਨੋਲਜ ਹੈਗੀ ਹੈ ਬਿਲਕੁਲ ਸਿੰਪਲ ਕਲੀਅਰ ਕੱਟ ਕੇ ਜਿਹੜੀ ਇੰਨੀ ਕੁ ਨੋਲਜ ਤਾਂ ਮੇ ਬੀ ਕਲਾਇੰਟ ਖੁਦ ਵੀ ਹਨਾ ਟਟੋਰੀਅਲ ਵੀਡੀਓ ਵੇਖ ਵੇਖ ਕੇ ਜਾਂ ਹਨਾ ਜਿਹੜੀਆਂ ਰਿਕੁਆਇਰਮੈਂਟਸ ਪਈਆਂ ਹੋਈਆਂ ਨੇ ਉਹ ਜਸਟ ਚੈੱਕ ਲਿਸਟ ਆਪਣੀ ਡਾਊਨਲੋਡ ਕਰਕੇ ਰਿਕੁਆਇਰਮੈਂਟ ਪੂਰੀ ਕਰਕੇ ਚੈੱਕ GCKE ਵਾਲੀ ਉਹੀ ਡਾਕੂਮੈਂਟਸ ਨੂੰ ਪ੍ਰਪੇਅਰ ਕਰਕੇ ਦੈਟਸ ਇਟ ਗੋ ਫੋਰ ਦੈਟ ਹੋ ਜਾਂਦਾ ਸੀ ਕਿ ਉਹ ਪ੍ਰੋਫਾਈਲ ਨੂੰ ਬਿਨਾਂ ਇਹ ਜਿਹੜੀਆਂ ਚੀਜ਼ਾਂ IRCC ਮੈਂਬਰ ਜਾਂ ਜਿਵੇਂ ਤੁਸੀਂ ਹੋ ਗਏ ਇਹ ਚੀਜ਼ਾਂ ਜਿਹੜੀਆਂ ਚੀਜ਼ਾਂ ਤੁਸੀਂ ਵੈਲਿਊਟ ਕਰਨੀਆਂ ਨੇ ਵੀ ਭਾਈ ਇਹ ਫਾਈਲ ਦੇ ਵਿੱਚ ਸੈਪਰੇਸ਼ਨ ਕੀ ਹੈ ਜਾਂ ਇਹ ਪ੍ਰੋਫਾਈਲ ਦੇ ਵਿੱਚ ਡਾਕੂਮੈਂਟ ਰਿਕੁਆਇਰਮੈਂਟ ਕੀ ਹੋਏਗੀ ਅੰਬੈਸੀ ਆਫਿਸਰ ਕਿਹੜੀ ਚੀਜ਼ ਵੱਲ ਜਾਏਗਾ ਉਹ ਚੀਜ਼ਾਂ ਬਿਲਕੁਲ GCKE ਵਾਲੇ ਜਾਂ ਹੋਰ ਏਜੰਟਸ ਇਹ ਦੂਰ ਦੂਰ ਤੱਕ ਵੀ ਨਹੀਂ ਸੋਚਦੇ ਹੈਗੇ ਉਹ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਵੈਲਿਊਟ ਕਰਨ ਦੇ ਲਈ ਬਟ ਜਿੱਥੇ ਆਪਣੇ ਕੋਲ ਨੋਲੇਜ ਹੀ ਨਹੀਂ ਹੈਗੀ ਉਹ ਚੀਜ਼ਾਂ ਬਾਰੇ ਠੀਕ ਹੈ ਤਾਂ ਉਹ ਉੱਥੇ ਆਪਾਂ ਕਰ ਵੀ ਕੀ ਲੈਣਾ ਹੈ ਇਹ ਗੱਲ ਮੈਟਰ ਕਰਦੀ ਹੈ ਬਾਈ ਪ੍ਰੀਤ। ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਦਾ ਕਿ ਅਕਸਰ ਇੱਕ ਗੱਲ ਕਹੀ ਜਾਂਦੀ ਆ, ਆ ਜਿਹੜਾ ਬੈਂਕ ਬੈਲੈਂਸ ਸਰਟੀਫਿਕੇਟ ਆ, ਠੀਕ ਹੈ, 5,24,160.94 ਰੁਪਈਆਂ ਦੇ ਉੱਤੇ ਯਾਨੀ ਕਿ ਤੁਹਾਡਾ ਕੈਨੇਡਾ ਦਾ ਸਪਾਊਸ ਵੀਜ਼ਾ ਲੱਗਿਆ ਤੇ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਕਿ 15 ਤੋਂ 16 ਲੱਖ ਰੁਪਈਆ ਚਾਹੀਦਾ ਕੈਨੇਡਾ ਦਾ ਸਪਾਊਸ ਵੀਜ਼ਾ ਅਪਲਾਈ ਕਰਨ ਵਾਸਤੇ, ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਜਾਂ ਨਹੀਂ? ਤੁਹਾਡਾ ਤਾਂ 5,24 ਤੇ ਹੀ ਵੀਜ਼ਾ ਆ ਗਿਆ। ਬਿਲਕੁਲ ਹੀ ਨਹੀਂ, ਉਹ ਇਹ ਬਸ ਇੱਥੇ ਹੀ ਆਣ ਕੇ ਫਰਕ ਕ੍ਰੀਏਟ ਹੋ ਜਾਂਦਾ ਹੈ ਇੱਕ IRCC ਮੈਂਬਰ ਦਾ ਤੇ GCKE ਤੋਂ ਫਾਈਲਾਂ ਅਪਲੋਡ ਕਰਨ ਵਾਲੇ ਏਜੰਟਸ ਦਾ ਕਿ ਉਹਨਾਂ ਨੂੰ ਉਹੀ ਇਨਫੋਰਮੇਸ਼ਨ ਹੈ ਜਿਹੜੀ ਓਵਰਆਲ ਜੀ ਚੱਲਦੀ ਹੈ ਉਹਨਾਂ ਨੂੰ, ਬਸ ਫੰਡਿੰਗ ਦੇ ਨਾਲ ਮਤਲਬ ਇਹ ਵੀ ਹਾਂ ਵੀ ਫੰਡਿੰਗ ਹੋ ਜਾਏਗੀ ਵੀ ਫੰਡ ਸ਼ੋ ਕਰ ਦਿਓ, 20 ਲੱਖ ਸ਼ੋ ਕਰ ਦਿਓ, 30 ਲੱਖ ਸ਼ੋ ਕਰ ਦਿਓ ਵੀ ਜ਼ਿਆਦਾ ਪੈਸੇ ਪਏ ਹੋਣਗੇ ਤਾਂ ਓਫਿਸਰ ਨੂੰ ਓਫਿਸਰ ਵੇਖ ਕੇ ਵੀਜ਼ਾ ਦੇ ਦੇਗਾ, ਬਟ ਉਹ ਇੱਥੇ ਇਹ ਚੀਜ਼ਾਂ ਲੈਕ ਕਰ ਜਾਂਦੇ ਨੇ ਕਿ ਓਫਿਸਰ ਨੂੰ ਇਕੱਲੇ ਪੈਸਿਆਂ ਦੇ ਨਾਲ ਮਤਲਬ ਨਹੀਂ ਹੈਗਾ ਵੀ ਕਿੰਨੇ ਪਏ ਨੇ ਬੈਲੈਂਸ ਸਰਟੀਫਿਕੇਟ ਜੋ ਵੀ ਹੈ ਆਪਾਂ ਇਕੱਲੇ ਜਾਂ ਇਕੱਲੀ ਉਹ ਲਗਾ ਦਿੰਦੇ ਹਾਂ ਆਪਾਂ FDR ਲਗਾ ਦਿੰਦੇ ਹਾਂ FD ਦੀ ਕਾਪੀ ਜਾਂ ਇਕੱਲੀ ਲਗਾ ਦਿੰਦੇ ਹਾਂ ਉਹ ਚੀਜ਼ ਸੋਰਸ ਆਫ ਫੰਡ ਮੈਟਰ ਕਰਦਾ ਹੈ। ਇਹ ਚੀਜ਼ ਮੈਂ ਤੁਹਾਡੇ ਕੋਲੋਂ ਆਣ ਕੇ ਸਿੱਖੀ, ਇਹ ਚੀਜ਼ ਦਾ ਜਿਹਦਾ ਮੈਨੂੰ ਖੁਦ ਨੂੰ ਆਂਸਰ ਤੁਹਾਡੇ ਕੋਲੋਂ ਮਿਲਿਆ ਕਿ ਹਨਾ ਸੇਮ ਕੁਐਸਚਨ ਮੈਂ ਤੁਹਾਨੂੰ ਕੀਤਾ ਸੀ ਕਿਸੇ ਟਾਈਮ ਕਿ ਜਿਹੜਾ ਵੀ ਕਿਸੇ ਬੰਦੇ ਇੱਕ ਬੰਦੇ ਦਾ ਤੇ 1 ਕਰੋੜ ਦੀ FD ਸ਼ੋ ਕਰਕੇ ਵੀ ਵੀਜ਼ਾ ਨਹੀਂ ਆ ਰਿਹਾ, ਇੱਕ ਬੰਦਾ 5 ਲੱਖ ਤੇ ਵੀਜ਼ਾ ਲੈ ਰਿਹਾ ਹੈ, ਹਾਓ ਮੈਂ ਤੁਹਾਨੂੰ ਇਹ ਕੁਐਸਚਨ ਕੀਤਾ ਸੀ, ਉਦੋਂ ਤੁਸੀਂ ਮੈਨੂੰ ਇਹ ਆਂਸਰ ਕੀਤਾ ਸੀ ਕਿ ਬਾਈ ਸੋਰਸ ਆਫ ਫੰਡ ਮੈਟਰ ਕਰਦਾ ਹੈ ਵੀ ਬਾਈ ਬੰਦੇ ਦਾ ਪੈਸਾ ਆ ਕਿੱਥੋਂ ਰਿਹਾ ਹੈ, ਜਿੱਥੋਂ ਪੈਸਾ ਆ ਰਿਹਾ ਹੈ ਉਹ ਚੀਜ਼ ਨੂੰ ਕਿਵੇਂ ਐਕਸਪਲੇਨ ਕਰਨਾ ਹੈ, ਕਿਵੇਂ ਰਿਪ੍ਰੈਜੈਂਟ ਕਰਨਾ ਹੈ, ਦਿਸ ਇਜ਼ ਲਾਈਕ ਦਾ ਮੇਨ ਕੀ ਕਿ ਉਹ ਚੀਜ਼ ਨੂੰ ਆਪਾਂ ਨੇ ਕਿਵੇਂ ਅੰਬੈਸੀ ਆਫਿਸਰ ਨੂੰ ਵਿਖਾਉਣਾ ਹੈ, ਤਾਂ ਉਹ ਚੀਜ਼ ਮੈਂ ਤੁਹਾਡੇ ਤੋਂ ਆਣ ਕੇ ਇਹ ਚੀਜ਼ ਦਾ ਪਤਾ ਲੱਗਿਆ ਮੈਨੂੰ ਕਿ ਸੋਰਸ ਆਫ ਫੰਡ ਜਦੋਂ ਆਪਾਂ ਪੂਰਾ ਕਲੀਅਰ ਕੱਟ ਉਹ ਕਰ ਦਿੰਦੇ ਹਾਂ ਤਾਂ ਦੈਨ ਅੰਬੈਸੀ ਆਫਿਸਰ ਉਸ ਤੋਂ ਸੈਟਿਸਫਾਈ ਹੁੰਦਾ ਹੈ ਰੈਦਰ ਦੈਨ ਕਿ 1 ਕਰੋੜ ਦੀ FD ਜਾਂ 18 ਲੱਖ ਦੀ, 20 ਲੱਖ ਦੀ ਜਾਂ 20 ਲੱਖ ਦਾ ਬੈਲੈਂਸ ਸਰਟੀਫਿਕੇਟ। ਇਹ ਚੀਜ਼ ਹੁਣ 5,24 ਤੇ ਤੁਹਾਡਾ ਵੀਜ਼ਾ ਆ ਗਿਆ ਤੇ ਲੋਕਾਂ ਨੇ ਮੰਨਣਾ ਨਹੀਂ ਆ, ਪਰ ਆਪਾਂ ਇੱਥੇ ਦਿਖਾ ਦੇਵਾਂਗੇ ਵੀ ਆ ਭਾਈ ਦੇਖ ਲਓ ਵੀ 5,24,000 ਤੇ ਕੈਨੇਡਾ ਦਾ ਸਪਾਊਸ ਵੀਜ਼ਾ ਲੱਗ ਗਿਆ। ਬਾਈ ਜੀ ਅਗਲਾ ਸਵਾਲ ਤੁਹਾਡੇ ਤੋਂ ਫਿਰ ਉਹੀ ਪੁੱਛਦੇ ਹਾਂ ਕਿ ਇਹ ਸਬੱਬ ਕਿਵੇਂ ਬਣਿਆ ਵੀ ਆਪਾਂ ਕਦੀ ਮਿਲੇ ਨਹੀਂ ਆ, ਇੱਕ ਬਹੁਤ ਵੱਡਾ ਸਵਾਲ ਆ ਕਿ ਬਿਨਾਂ ਮਿਲੇ ਤੋਂ ਤੁਸੀਂ ਸਾਨੂੰ ਪੈਸੇ ਦਿੱਤੇ, ਟ੍ਰਾਂਸਫਰ ਕੀਤੇ, ਰਿਟੇਨਰ ਐਗਰੀਮੈਂਟ ਸਾਈਨ ਕੀਤਾ, ਸਾਡੇ RCIC ਦੀ ਫੀਸ ਸਾਡੇ ਤੱਕ ਪਹੁੰਚਦੀ ਕੀਤੀ, ਤਾਂ ਅਕਸਰ ਇਹ ਸਵਾਲ ਹੁੰਦਾ ਕਿ ਪੰਜਾਬ ਦੇ ਵਿੱਚ ਤੁਹਾਡਾ ਆਫਿਸ ਹੋਣਾ ਚਾਹੀਦਾ, ਫਿਰ ਤੁਹਾਨੂੰ ਆਣ ਕੇ ਮਿਲਾਂਗੇ, ਜੱਫੀਆਂ ਪਾਵਾਂਗੇ, ਤੁਸੀਂ ਤਾਂ ਸਾਨੂੰ ਕੋਈ ਜੱਫੀ ਪਾਈ ਨਹੀਂ। ਨਹੀਂ ਬਿਲਕੁਲ ਮੇਰੇ ਲਈ ਇਹ ਚੀਜ਼ ਮੈਟਰ ਨਹੀਂ ਕਰਦੀ, ਆਈ ਥਿੰਕ ਬਾਕੀ ਜੋ ਵੀ ਵਿਊਅਰ ਨੇ ਤੁਹਾਡੇ ਉਹਨਾਂ ਨੂੰ ਇਹ ਚੀਜ਼ ਮੈਂ ਜ਼ਰੂਰ ਕਲੀਅਰ ਕੱਟ ਕਰ ਦੇਣਾ ਚਾਹੁੰਦਾ ਵਾਂ ਕਿ ਉਹ ਚੀਜ਼ ਜਦੋਂ ਆਪਣਾ ਇੱਕ ਐਗਰੀਮੈਂਟ ਹੋ ਗਿਆ ਫੁੱਲ ਫਲੈਜ ਵਧੀਆ ਤਰੀਕੇ ਦੇ ਨਾਲ, ਤਾਂ ਫਿਰ ਉਹ ਬਿਲਕੁਲ ਹੀ ਡਾਊਟ ਕਲੀਅਰ ਡਾਊਟ ਕਿਤੇ ਨਾ ਕਿਤੇ ਆਪਾਂ ਉਹ ਚੀਜ਼ ਇੱਕ ਪਾਵਰ ਆ ਜਾਂਦੀ ਆਪਣੇ ਕੋਲ, ਐਵੇਂ ਲਾ ਲਓ ਜਾਂ ਡਾਊਟ ਬਿਲਕੁਲ ਹੀ ਨਹੀਂ ਰਹਿ ਜਾਂਦਾ ਕਿ ਆਪਣਾ ਜਦੋਂ ਐਗਰੀਮੈਂਟ ਹੋ ਗਿਆ ਪ੍ਰੋਪਰ ਵਧੀਆ ਤਰੀਕੇ ਦੇ ਨਾਲ, ਤਾਂ ਫਿਰ ਆਪਾਂ ਨਾ ਤੁਸੀਂ ਉਹ ਚੀਜ਼ਾਂ ਜਿਹੜੀਆਂ ਐਗਰੀਮੈਂਟ 'ਚ ਚੀਜ਼ਾਂ ਨਾ ਤੁਸੀਂ ਉਹਨਾਂ ਚੀਜ਼ਾਂ ਦਾ ਭੱਜ ਸਕਦੇ ਹੋ ਨਾ ਮੈਂ ਭੱਜ ਸਕਦਾ ਵਾਂ, ਬਿਲਕੁਲ ਇਹ ਚੀਜ਼ ਹੈ। ਤਾਂ
ਬਿਫੋਰ ਦੈਟ ਜਦੋਂ ਐਗਰੀਮੈਂਟ ਹੋਇਆ ਉਸ ਤੋਂ ਪਹਿਲਾਂ ਜਿਹੜਾ ਟਰੱਸਟ ਹੈ ਜਾਂ ਕਿਵੇਂ ਉਹ ਮੈਨੂੰ ਤੁਹਾਡੀਆਂ ਗੱਲਾਂ ਤੁਹਾਡੀ ਇਨਫੋਰਮੇਸ਼ਨ ਜਾਂ ਤੁਹਾਡੀਆਂ ਟਟੋਰੀਅਲ ਵੀਡੀਓ ਜਿਵੇਂ ਮੈਂ ਲਾਈਕ ਅੱਜ ਇਹ ਚੀਜ਼ਾਂ ਜਦੋਂ ਮੈਂ ਦੇਖੀਆਂ ਤਾਂ ਮੈਨੂੰ ਉਹ ਚੀਜ਼ਾਂ ਵੇਖਣ ਨੂੰ ਮਿਲੀਆਂ ਜਿਹੜੀਆਂ ਯੂਜਲੀ ਅਸੀਂ ਖੁਦ ਨਹੀਂ ਮਤਲਬ ਕਦੀ ਨੋਟਿਸ ਕੀਤੀਆਂ ਜਾਂ ਯੂਜਲੀ ਮੇਰੀ ਹੁਣ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਸਨ ਜਾਂ ਫਿਰ ਮੈਂ ਬਾਕੀਆਂ ਨੂੰ ਮਿਲਦਾ ਸੀ, ਏਜੰਟਸ ਨੂੰ ਮਿਲਦਾ ਸੀ, ਇੰਨੀਆਂ ਪ੍ਰੋਫਾਈਲ 'ਤੇ ਵਰਕ ਵੀ ਕਰਦਾ ਸੀ, ਰਿਫਿਊਜ਼ਲ 'ਤੇ ਵੀ, ਰਿਫਿਊਜ਼ ਹੋਈਆਂ ਪ੍ਰੋਫਾਈਲ 'ਤੇ ਵੀ ਵਰਕ ਵੀ ਕਰ ਰਿਹਾ ਸੀ, ਵੀਜ਼ੇ ਵੀ ਆ ਰਹੇ ਸੀ। ਬਟ ਇਹ ਜਿਹੜੀ ਲਾਈਕ ਇਨਫੋਰਮੇਸ਼ਨ ਏ ਐਗਜੈਕਟ ਇਨਫੋਰਮੇਸ਼ਨ ਇੱਕ ਲਾਈਕ ਆਂਸਰ ਦਾ ਕਲੀਅਰ ਕੁਐਸਚਨ ਦਾ ਕਲੀਅਰ ਕੱਟ ਆਂਸਰ ਹਨਾ ਉਹ ਚੀਜ਼ ਮੈਨੂੰ ਕਿਤੇ ਵੀ ਨਹੀਂ ਵੇਖਣ ਨੂੰ ਮਿਲੀ ਹੈਗੀ। ਉਹ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਤੱਕ ਰੀਚ ਕੀਤਾ ਵੀ ਭਾਈ ਇਹ ਜੋ ਲਾਈਕ ਮੇਰੀ ਪ੍ਰੋਫਾਈਲ ਏ, ਮੇਰੀ ਪ੍ਰੋਫਾਈਲ ਦੇ ਜਿਹੜੇ ਕੁਐਸਚਨਸ ਕ੍ਰੀਏਟ ਹੋਏ ਹੋਏ ਨੇ ਅੰਬੈਸੀ ਆਫਿਸਰ ਨੂੰ, ਇਹ ਤਾਂ ਬਾਈ ਹੁਣ ਇਹੀ ਆਂਸਰ ਕਰਨਗੇ। ਬਾਈ ਪ੍ਰੀਤ, ਅਗਲਾ ਸਵਾਲ ਪੁੱਛਦੇ ਹਾਂ ਕਿ ਤੁਹਾਨੂੰ ਇੱਕ APR ਪੋਰਟਲ ਦੇ ਵਿੱਚ ਤੇ GCKey ਦੇ ਵਿੱਚ ਕੀ ਫਰਕ ਲੱਗਿਆ? ਕੀ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਨੂੰ ਚਾਹੀਦਾ ਕਿ ਉਹ APR ਪੋਰਟਲ ਤੋਂ ਹੀ ਫਾਈਲਾਂ ਲਾਉਣ, ਜਾਂ ਫਿਰ ਉਹਨਾਂ ਦੇ ਲਈ GCKey ਹੀ ਇਨਫਾ ਜਿਹਦੇ ਵਿੱਚ 4-4 MB ਦੇ ਦੋ ਖਾਨੇ ਜੇ ਮਿਲਦੇ ਜਿਵੇਂ ਤੁਸੀਂ ਫਾਈਲਾਂ ਲਾਉਂਦੇ ਰਹੇ ਹੋ ਐਜ਼ ਏ ਏਜੰਟ ਤੌਰ ਤੇ ਪੰਜਾਬ? ਮਾੜਾ ਜਿਹਾ ਦੱਸ। ਨਹੀਂ, ਮੈਂ ਬਿਲਕੁਲ ਵੀ ਰੈਕਮੈਂਡ ਨਹੀਂ ਕਰਾਂਗਾ ਕਿ ਸਪੋਜ ਸਪੈਸ਼ਲੀ ਸਪੋਜ ਓਪਨ ਵਰਕ ਪਰਮਿਟ ਦੇ ਲਈ ਆਪਾਂ GCKey ਦੇ ਨਾਲ ਕੰਟੀਨਿਊ ਕਰੀਏ, ਕਿਉਂਕਿ ਇਸ ਜਿਹੜੀ ਇਹ ਕੈਟੇਗਰੀ, ਇਸ ਕੈਟੇਗਰੀ ਦੇ ਵਿੱਚ ਚੀਜ਼ਾਂ ਕਲੀਅਰ ਆਊਟ, ਕਲੀਅਰ ਲਾਈਕ ਕਲੈਰੀਫਿਕੇਸ਼ਨ ਹੋਣੀ ਬੜੀ ਜ਼ਰੂਰੀ ਹੈ। ਇਹਦੇ ਵਿੱਚ ਸਭ ਤੋਂ ਵੱਡਾ ਤੇ ਪ੍ਰੂਫ ਆਫ ਰਿਲੇਸ਼ਨਸ਼ਿਪ, ਜੋ ਆਪਣਾ ਇੱਕ ਤਰ੍ਹਾਂ ਨਾਲ ਕੁਐਸਚਨ ਕ੍ਰੀਏਟ ਹੋ ਜਾਂਦਾ ਹੈ ਜਿਹਦੇ ਤੇ ਜ਼ਿਆਦਾ ਰਿਫਿਊਜ਼ਲਸ ਵੀ ਆਉਂਦੀਆਂ ਨੇ, ਉਹ ਜਿਹੜੀ ਚੀਜ਼ ਨੂੰ ਜਸਟੀਫਾਈ ਕਰਨਾ GCKey ਦੀ ਬਸ ਦੀ ਗੱਲ ਨਹੀਂ ਰਹਿ ਜਾਂਦੀ। ਉਹਦਾ ਰੀਜ਼ਨ ਇਹ ਵੇ ਕਿ ਉੱਥੇ ਬੜੀ ਘੱਟ ਲਾਈਕ ਹਨਾ ਸਪੇਸ ਮਿਲਦੀ ਹੈ, ਤੇ ਜੋ ਸਪੇਸ ਵੀ ਮਿਲਦੀ ਉਹਦੇ ਵਿੱਚ ਫਿਰ ਮਰਜ ਕਰ ਕਰਕੇ ਪ੍ਰੋਫਾਈਲ ਦਾ ਉਂਝ ਸੱਤਿਆਨਾਸ਼ ਜਿਹਾ ਹੋ ਜਾਂਦਾ ਹੈ, ਉਂਝ ਫੋਟੋਆਂ ਉਹ ਉਸੇ ਤਰੀਕੇ ਦੀਆਂ ਹੋ ਜਾਂਦੀਆਂ ਨੇ। ਸੋ ਇਹ ਚੀਜ਼ ਮੈਂ ਤਾਂ ਲਾਈਕ ਜ਼ਿਆਦਾ ਵੇਟੇਜ ਦੇਵਾਂਗਾ APR ਨੂੰ ਕਿ APR ਦਾ ਇੱਕ ਸਭ ਤੋਂ ਪਹਿਲਾਂ ਤਾਂ ਲਾਈਕ ਵੇਟੇਜ ਇਹੀ ਹੈ ਕਿ ਤੁਸੀਂ ਜੋ ਲਾਈਕ IRCC ਮੈਂਬਰ ਹੋ, ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ, ਤੁਹਾਡੀ ਜਿਹੜੀ ਨੌਲੇਜ ਹੈ, ਤੁਸੀਂ ਲਾਈਕ ਉਸ ਚੀਜ਼ ਨੂੰ ਹਨਾ ਪੂਰਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਹੋ, ਉਹ ਚੀਜ਼ ਦੇ ਉੱਤੇ ਡਾਕੂਮੈਂਟੇਸ਼ਨ ਹੋ ਗਈ ਜਾਂ ਉਹ ਚੀਜ਼, ਤਾਂ ਡੈਫੀਨੇਟਲੀ ਵੱਧ ਵੇਟੇਜ ਲਾਈਕ ਲੈ ਕੇ ਆਉਂਦੀ ਹੈ। ਤੇ ਪ੍ਰੋਫਾਈਲ ਨੂੰ ਕਿਸ ਤਰੀਕੇ ਦੇ ਨਾਲ ਰੀਪ੍ਰਜੈਂਟ ਕਰਨਾ, ਕਿਹੜੀ ਡਾਕੂਮੈਂਟੇਸ਼ਨ ਜਾਂ ਕਿਹੜੀ ਲਾਈਕ ਡਾਕੂਮੈਂਟ ਰਿਕੁਆਇਰ ਲਾਈਕ ਸਪੈਸੀਫਿਕਲੀ ਕਿਹੜ ਕੇਸ ਨੂੰ ਕਲੀਅਰ ਆਊਟ, ਕਲੀਅਰ ਕੱਟ ਕਰਦੀ ਹੈ ਜਿਹੜੀ ਚੀਜ਼। ਤੇ ਸੈਕਿੰਡ ਜਿਹੜੀ ਚੀਜ਼ APR ਪੋਰਟਲ ਨੂੰ ਵੇਟੇਜ ਦੇਣ ਵਾਲੀ, ਉਹ ਉਹਦੀ ਲਾਈਕ ਮੈਂ ਉਹ ਕਿ ਆਪਾਂ ਵੱਧ ਡਾਕੂਮੈਂਟਸ ਅਪਲੋਡ ਕਰ ਸਕਦੇ ਹਾਂ, ਵੱਧ ਫਾਈਲਸ ਅਪਲੋਡ ਕਰ ਸਕਦੇ ਹਾਂ, ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫੋਟੋਆਂ ਅਪਲੋਡ ਕਰ ਸਕਦੇ ਹਾਂ, ਕਿ ਜਿੰਨਾ ਜ਼ਿਆਦਾ ਆਪਾਂ ਸਟੱਫ ਕ੍ਰੀਏਟ ਕਰਕੇ ਆਪਣੇ ਕੋਲੋਂ ਬਣਦਾ ਹੈ ਹਨਾ, ਲਾਈਕ ਆਪਣੇ ਰਿਲੇਸ਼ਨਸ਼ਿਪ ਦੇ ਸਕਰੀਨਸ਼ੋਟ ਹੋ ਗਏ ਜਾਂ ਚੈਟ ਦੇ ਹੋ ਗਏ ਜਾਂ ਚੈਟ ਹੋ ਗਈ ਜਾਂ ਹਨਾ ਉਹ ਉਹ ਜਿਹੜਾ ਜਿੰਨਾ ਸਟੱਫ ਹੈ ਉਹ APR ਤੇ ਹੀ ਅਪਲੋਡ ਹੋਏਗਾ, GCKey ਤੇ ਕਦੀ ਵੀ ਅਪਲੋਡ ਨਹੀਂ ਹੋਏਗਾ। ਠੀਕ ਹੈ ਜੀ, ਠੀਕ ਹੈ ਭਾਈ ਜੀ। ਅਗਲਾ ਸਵਾਲ ਹੈ ਕਿ 2024 ਦੇ ਵਿੱਚ ਇਹਨਾਂ ਲੋਕਾਂ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ ਨਹੀਂ ਮਿਲਣਾ ਜਿਹੜੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਕੱਲੇ ਆਪਾਂ ਕਹਿ ਸਕਦੇ ਹਾਂ ਬੈਂਕ ਬੈਲੈਂਸ ਸਰਟੀਫਿਕੇਟ ਦਿਖਾ ਦਿੰਦੇ ਆ, ਸਟੇਟਮੈਂਟਾਂ ਨਹੀਂ ਲਾਉਂਦੇ, ਠੀਕ ਹੈ, ਜਾਂ ਇੱਕ ਇਕੱਲੀ FD ਦਿਖਾ ਕੇ ਸਰ ਜਾਂਦਾ ਵੀ ਭਾਈ FD ਲਾ ਦਿਓ ਚੱਕ ਦੋ ਕੰਮ, ਠੀਕ ਹੈ, ਤਾਂ ਤੁਹਾਨੂੰ ਲੱਗਦਾ ਕਿ ਇਹਨਾਂ ਲੋਕਾਂ ਨੂੰ 2024 ਦੇ ਵਿੱਚ ਜਿਹੜੇ ਲੋਕ ਬੈਂਕ ਬੈਲੈਂਸ ਸਰਟੀਫਿਕੇਟ ਦੇ ਨਾਲ ਕੰਮ ਚਲਾਉਣਾ ਚਾਹੁੰਦੇ ਆ ਜਾਂ 4 ਫੋਟੋਆਂ ਲਾ ਕੇ ਜਾਣੀ ਕਿ GCKey ਦੇ ਵਿੱਚ ਕੁਛ ਅਨਆਥੋਰਾਈਜ਼ ਏਜੰਟ ਆ, ਠੀਕ ਹੈ, ਜਿਹੜੇ ਇਹ ਕੰਮ ਚਲਾਉਂਦੇ ਆ, ਉਹਨਾਂ ਦਾ 2024 ਦੇ ਵਿੱਚ ਉਹਨਾਂ ਨੂੰ ਸਪਾਊਸ ਓਪਨ ਵਰਕ ਪਰਮਿਟ ਨਹੀਂ ਮਿਲਣਾ ਜਿਹੜੇ ਇਹ ਗਲਤੀਆਂ ਕਰਨਗੇ ਜਾਂ ਕੁਛ ਇੱਦਾਂ ਦਾ ਕੁਛ ਤੁਹਾਡੇ ਅਕੋਰਡਿੰਗ? ਸਟਾਰਟ ਹੋ ਗਿਆ ਜੀ ਇਹ, ਆਪਾਂ 2024 ਤਾਂ ਫਿਰ ਵੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਿਆ, ਬਹੁਤ ਜ਼ਿਆਦੀਆਂ ਹਨਾ ਆਪਾਂ ਨੂੰ ਪਤਾ ਹੀ ਹੈ ਮਾਰਕ ਮਿਲਰ ਨੇ ਬੜੀਆਂ ਜ਼ਿਆਦੀਆਂ ਤਾਕੜ ਆਪਣੀਆਂ ਹਨਾ ਰਿਕੁਆਇਰਮੈਂਟਸ ਕ੍ਰੀਏਟ ਕਰਤੀਆਂ, ਤੇ ਜਾਂ ਫਿਰ ਮੈਂ ਜਿਵੇਂ ਇਹਦੇ 'ਚ ਵੇਖਿਆ ਏਅਰਪੋਰਟ 'ਤੇ ਵੀ ਮੈਂ ਆਣ ਕੇ ਦੇਖਿਆ ਕਿ ਉਹ ਬਹੁਤ ਜ਼ਿਆਦਾ ਉਹਨਾਂ ਨੇ ਲਾਈਕ ਸਟ੍ਰਿਕਟ ਹੋ ਗਏ ਪਹਿਲਾਂ ਨਾਲੋਂ, ਤੇ ਇਹ ਚੀਜ਼ ਸੀ। ਬਟ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਕੱਲਾ ਬੈਲੈਂਸ ਸਰਟੀਫਿਕੇਟ ਦੇ ਨਾਲ ਫਾਈਲ ਅਪਲੋਡ ਕਰ ਦੇਣੀ ਜਾਂ ਫਿਰ ਇਕੱਲੇ FDR ਨਾਲ ਅਪਲੋਡ ਕਰ ਲੈਣੀ ਜਾਂ ਫਿਰ ਘੱਟ ਫੋਟੋਆਂ ਵੀ ਮਤਲਬ ਚਲਾ ਦੇਣੀ ਆ ਕਿਤੇ ਨਾ ਕਿਤੇ, ਉਹ ਤੇ ਬਿਲਕੁਲ ਬੇਵਕੂਫੀ ਹੈ। ਉਹਦੇ ਨਾਲ ਤੇ ਆਲਰੇਡੀ ਰਿਜ਼ਲਟ ਵੇਖਣ ਨੂੰ ਮਿਲ ਰਹੇ ਨੇ, ਉਹ ਜਿਹੜੇ ਉਹੀ ਰਿਜ਼ਲਟ ਨੇ ਜਿਹੜੇ ਲਾਈਕ 20 ਲੱਖ ਦੀ ਇਕੱਲਾ ਬੈਲੈਂਸ ਲੈਟਰ ਏ, 50 ਲੱਖ ਦੀ ਇਕੱਲੀ FD ਏ, ਉਹ ਇਹੀ ਰਿਜ਼ਲਟ ਨੇ, ਉਹ ਇਹੀ ਲਾਈਕ
ਨੈਗੇਟਿਵ ਰਿਜ਼ਲਟਸ ਵੇਖਣ ਨੂੰ ਮਿਲ ਰਹੇ ਨੇ, ਤੇ ਬਾਅਦ ਵਿੱਚ ਫਿਰ ਇਹੀ ਪ੍ਰੋਪਾਗੈਂਡਾ ਜਾਂ ਫੈਲਾ ਦਿੰਦੇ ਨੇ ਕਿ ਕੈਨੇਡਾ ਦੇ ਜਿਹੜੇ ਆਫੀਸਰ ਨੇ ਜਾਂ ਜਿਹੜੇ ਐਮਬੈਸੀ ਆਫੀਸਰ ਨੇ, ਵੀ ਭਾਈ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਹੈਗਾ ਵੀ ਉਹ ਸਾਨੂੰ 50 ਲੱਖ ਦੇ ਰਿਫਿਊਜ਼ਲ ਦੇਂਦੇ ਨੇ, ਕਿਉਂ ਦੇਂਦੇ ਨੇ? ਉਹ ਤਾਂ ਹੀ ਦੇਂਦੇ ਨੇ ਰਿਫਿਊਜ਼ਲ ਕਿਉਂਕਿ ਉਹਨਾਂ ਦੇ ਕੋਲ ਵੀ ਇੱਕ ਤਰ੍ਹਾਂ ਨਾਲ ਰਿਕੁਆਇਰਮੈਂਟ ਹੁੰਦੀ ਹੈ, ਉਹਨਾਂ ਨੂੰ ਸਭ ਚੀਜ਼ਾਂ ਲਾਈਕ ਪਤਾ ਨੇ, ਉਹ ਕੋਈ ਉਹ ਆਮ ਉਹ ਨਹੀਂ ਹੈਗੇ, ਤਾਂ ਉਹ ਇਸ ਇਹੀ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ। ਤੇ ਇਹ ਇਹਦਾ ਹੁਣ ਇੱਥੇ ਆਪਣੇ ਕੋਲ ਨੌਲੇਜ ਨਹੀਂ ਹੈਗੀ, ਇੱਥੇ ਹੁਣ ਏਜੰਟਸ ਦੇ ਕੋਲ ਨੌਲੇਜ ਨਹੀਂ ਹੈਗੀ, ਤਾਂ ਉਹ ਦੋਸ਼ੀ ਕਰਾਰ ਦਿੰਦੇ ਨੇ, ਆਪਣਾ ਪੱਲਾ ਝਾੜਨ ਦੇ ਨੇ ਲਾਈਕ ਐਮਬੈਸੀ ਆਫੀਸਰ ਨੂੰ ਮਾੜਾ ਕਹਿ ਕੇ, ਠੀਕ ਹੈ? ਤੇ ਬਟ ਦਾ ਥਿੰਗ ਇਜ਼ ਕਿ ਇਨ ਨੌਲੇਜ ਜਿਹੜੀ ਹੈ ਨਾ, ਹਾਫ ਨੌਲੇਜ ਇਜ਼ ਆਲਵੇਜ਼ ਡੇਂਜਰਸ, ਸੋ ਦਿਸ ਇਜ਼ ਦਾ ਥਿੰਕ ਕਿ ਇਹ ਜਿਹੜੀ ਹਾਫ ਨੌਲੇਜ ਇਹ ਨਾ, ਇਹ ਬਸ ਬਲੇਮ ਕਰਕੇ ਤੇ ਆਪਣਾ ਪੱਲਾ ਝਾੜਦੇ ਨੇ, ਬਟ ਦਾ ਥਿੰਗ ਇਜ਼ ਕਿ ਇਹਨਾਂ ਨੇ ਇਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ ਵੀ ਕਿਵੇਂ ਅੰਬੈਸੀ ਆਫੀਸਰ ਵਰਕ ਕਰਦੇ ਨੇ ਜਾਂ ਕਿਵੇਂ ਉਹ ਲਾਈਕ ਕਿਹੜੀ ਇਨਫੋਰਮੇਸ਼ਨ ਕਿਸ ਤਰੀਕੇ ਨਾਲ ਰੀਪ੍ਰਜੈਂਟ ਕਰਨੀ ਹੈ, ਕਿਹੜੀ ਡਾਕੂਮੈਂਟੇਸ਼ਨ ਕਿਸ ਤਰੀਕੇ ਦੇ ਨਾਲ ਕਰਨੀ ਹੈ, ਕਿਹੜਾ ਡਾਕੂਮੈਂਟ ਆਪਾਂ ਨੇ ਨੂੰ ਚਾਹੀਦਾ ਜਾਂ ਨਹੀਂ ਚਾਹੀਦਾ ਹੈਗਾ, ਸੋ ਇਹ ਚੀਜ਼ਾਂ ਨੇ, ਇਹ ਚੀਜ਼ਾਂ ਮੈਟਰ ਕਰਦੀਆਂ ਜੀ। ਬਾਈ ਪ੍ਰੀਤ, ਅਗਲਾ ਸਵਾਲ ਹੈ ਕਿ ਤੁਸੀਂ ਸਾਡੇ ਨਾਲ ਐਸੋਸੀਏਟ ਹੋਏ ਸਾਡੇ RCIC ਬਾਈ ਆਮਣਾ, ਉਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਸਾਡੀ ਇਮੀਗ੍ਰੇਸ਼ਨ ਫਰਮ ਦੀਆਂ ਤੁਸੀਂ ਸਰਵਿਸਿਜ਼ ਲਈਆਂ, ਇਸ ਪੂਰੇ ਪ੍ਰੋਸੈਸ ਦੇ ਵਿੱਚ ਤੁਸੀਂ ਕੀ ਕੁਛ ਸਿੱਖਿਆ, ਕੀ ਕੁਛ ਕੀਤਾ ਤੇ ਕਿੱਦਾਂ ਦਾ ਓਵਰਆਲ ਤੁਹਾਨੂੰ ਦੇਖਣ ਨੂੰ ਮਿਲਿਆ ਸਾਡਾ ਕੰਮਕਾਰ, ਇਹ ਮਾੜਾ ਜਿਹਾ ਦੱਸਿਓ। ਇਹਦੇ ਵਿੱਚ ਓਵਰਆਲ ਲਾਈਕ ਪੂਰਾ ਪ੍ਰੋਫੈਸ਼ਨਲ ਕੰਮ ਸੀ, ਬਿਲਕੁਲ ਹਰ ਇੱਕ ਚੀਜ਼ ਪ੍ਰੋਫੈਸ਼ਨਲੀ ਡਨ ਕੀਤੀ ਜਾਂਦੀ ਸੀ, ਈਵਨ ਜੋ ਵੀ ਉਮੀਦ ਤੋਂ ਲਾਈਕ ਕਿ ਜਿਵੇਂ ਮੈਂ ਖੁਦ ਇੱਕ ਤਰ੍ਹਾਂ ਨਾਲ ਕੰਮ ਕਰ ਰਿਹਾ ਸਾਂ, ਤਾਂ ਸ਼ੁਰੂ ਦੇ ਵਿੱਚ ਮੈਨੂੰ ਇਹ ਸੀ ਲਾਈਕ ਸ਼ੁਰੂ ਪਹਿਲਾਂ ਪ੍ਰੋਫਾਈਲ ਜਦੋਂ ਮੈਂ ਅਪਲੋਡ ਕੀਤੀ ਸੀ ਤਾਂ ਉਹਦੇ ਵਿੱਚ ਤਾਂ ਮੈਨੂੰ ਇਹੀ ਇਹ ਸੀ ਕਿ ਸਾਰਾ ਸਿੰਪਲ ਹੀ ਹੁੰਦਾ ਹੈ ਕੰਮ, ਬਟ ਬਾਅਦ ਵਿੱਚ ਜਦੋਂ ਫਿਰ ਮੈਂ ਤੁਹਾਡੇ ਨਾਲ ਐਸੋਸੀਏਟ ਹੋਇਆ ਤਾਂ ਕੰਮ ਵੇਖਿਆ, ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਐਕਚੁਅਲ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਕੀ ਹੈ, ਐਕਚੁਅਲ ਦੇ ਵਿੱਚ ਕਿੱਥੇ ਚੀਜ਼ਾਂ ਲਾਈਕ ਚੱਲ ਰਹੀਆਂ ਨੇ, ਕਿ ਆਲਰੇਡੀ ਜਿਵੇਂ ਤੁਸੀਂ ਇਹ ਚੀਜ਼ਾਂ ਮੈਨੂੰ ਹੈ ਨਾ ਆਲਰੇਡੀ ਵਿਖਾਈਆਂ, ਇਹ ਚੀਜ਼ਾਂ ਮੇਰੇ ਨਾਲ ਡਿਸਕਸ ਵੀ ਕੀਤੀਆਂ, ਆਪਣੀ ਗੱਲ ਵੀ ਚੱਲੀ ਇਹਨਾਂ ਦੇ ਉੱਤੇ ਕਿ ਹੈ ਨਾ ਲਾਈਕ ਹਾਓ ਅੰਬੈਸੀ ਵਰਕਿੰਗ ਔਨ ਦਾ ਥਿੰਗਸ, ਕਿ ਜਿਵੇਂ ਚੇਨੁਕ ਵੀ ਆ ਉਹਨਾਂ ਨੇ ਰੀਪ੍ਰਜੈਂਟ ਕਰਤਾ, ਅਤੇ ਬਾਕੀ ਜਿਹੜੀਆਂ ਡਾਕੂਮੈਂਟੇਸ਼ਨ ਨੇ ਉਹਨਾਂ ਨੂੰ ਉਹ ਕਿਵੇਂ ਲਾਈਕ ਲੈ ਕੇ ਚੱਲ ਰਹੇ ਨੇ, ਕਿਹੜੀ ਕਿਹੜੇ ਲਾਈਕ ਜਿਹੜੀਆਂ ਆਲਰੇਡੀ ਪ੍ਰੋਪੋਗੈਂਡਾ ਚੱਲ ਰਿਹਾ ਜਾਂ ਫੋਟੋਆਂ ਵੀ ਉਹ ਕਿਸ ਤਰੀਕੇ ਦੇ ਨਾਲ ਅੰਬੈਸੀ ਆਫੀਸਰਾਂ ਕੋਲ ਆਲਰੇਡੀ ਪਹੁੰਚਿਆ ਹੋਇਆ ਹੈ, ਜਾਂ ਉਹਨਾਂ ਨੂੰ ਇਹ FDR ਬੈਲੈਂਸ ਸਰਟੀਫਿਕੇਟਾਂ ਦਾ ਆਲਰੇਡੀ ਇਹ ਚੀਜ਼ਾਂ ਦਾ ਪਤਾ ਹੈ, ਉਹ ਜਿਹੜੀ ਇਨਫੋਰਮੇਸ਼ਨ ਸੀ ਮੈਨੂੰ ਤੁਹਾਡੇ ਤੋਂ ਮਿਲੀ ਵੀ ਹਾਂ ਵੀ ਇਹਨਾਂ ਨੂੰ ਸਭ ਕੁਛ ਪਤਾ ਹੁੰਦਾ ਹੈ, ਮੀਨ ਤੁਸੀਂ ਮੈਨੂੰ ਲਾਈਕ ਉਹ ਸਟੱਫ ਸ਼ੇਅਰ ਵੀ ਕੀਤਾ ਹੈ ਨਾ, ਤਾਂ ਦਿਖਾਇਆ ਵੀ ਉਹ ਚੀਜ਼ਾਂ, ਤਾਂ ਮੈਨੂੰ ਇਹ ਚੀਜ਼ਾਂ ਫਿਰ ਪਤਾ ਲੱਗੀਆਂ ਕਿ ਨਹੀਂ ਵੀ ਇਹ ਲਾਈਕ ਜਿਹੜਾ ਇੱਥੇ ਆਪਾਂ ਲਾਈਕ ਮੈਨੂੰ ਐਵੇਂ ਫੀਲ ਹੋਇਆ ਕਿ ਇਹ ਜੋ ਇੱਥੇ ਵਰਕ ਚੱਲ ਰਿਹਾ ਹੈ ਉਹ ਤਾਂ ਇੱਕ ਜਸਟ ਇੱਕ ਹਨੇਰੇ ਵਾਲਾ ਕੰਮ ਸੀ, ਤੇ ਬਟ ਐਕਚੁਅਲ ਦੇ ਵਿੱਚ ਜੋ ਚੀਜ਼ਾਂ ਲਾਈਕ ਐਜ਼ ਏ IRCC ਮੈਂਬਰ ਜਾਂ ਇਨਫੋਰਮੇਸ਼ਨ ਹੈ ਤੁਹਾਡੀ ਹੈ ਨਾ, ਜੋ ਐਕਚੁਅਲ ਦੇ ਵਿੱਚ ਉਹ ਕਿਤੇ ਜ਼ਿਆਦਾ ਲਾਈਕ ਸੋਚ ਤੋਂ ਕਿਤੇ ਜ਼ਿਆਦਾ ਹੈ ਨਾ ਅਬਵ ਦੈਟ ਏ, ਤੇ ਸੋ ਦਿਸ ਇਜ਼ ਦਾ ਥਿੰਕ, ਇਹੀ ਚੀਜ਼ ਮੈਂ ਲਾਈਕ ਤੁਹਾਡੇ ਤੋਂ ਸਿੱਖੀ, ਬਸ ਪ੍ਰੋਪਰ ਇੱਕ ਓਵਰਆਲ ਸਿਨਾਰੀਓ ਦੇ ਵਿੱਚ ਟਾਈਮ ਪੀਰੀਅਡ ਦਾ ਜ਼ਰੂਰ ਮੈਨੂੰ ਇਸ਼ੂ ਰਿਹਾ ਕਿ ਤੁਸੀਂ ਹਰ ਕਿਸੇ ਵੀ ਚੀਜ਼ ਨੂੰ ਲਾਈਕ ਇਮੀਡੀਏਟ ਨਹੀਂ ਕਰਦੇ ਹੈਗੇ, ਤਾਂ ਉਹਦੇ ਵਿੱਚ ਚਾਹੇ ਥੋੜ੍ਹਾ ਬਹੁਤਾ ਲਾਈਕ ਟਾਈਮ ਲੈ ਕੇ ਫਿਰ ਕਰ ਦਿਓ, ਬਟ ਐਟ ਦਾ ਐਂਡ ਰਿਜ਼ਲਟ ਵੇਖ ਕੇ ਉਹ ਚੀਜ਼ ਮੈਨੂੰ ਫੀਲ ਹੋਈ ਕਿ ਜੋ ਤੁਸੀਂ ਟਾਈਮ ਲਿਆ ਹੈ ਨਾ ਲਾਈਕ ਦਿਸ ਵਾਰ ਵਾਜ਼ ਫੋਰ ਦਾ ਬੈਸਟ, ਕਿ ਉਹ ਚੀਜ਼ ਆਪਾਂ ਨੂੰ ਵਧੀਆ ਰਿਜ਼ਲਟ ਕੱਢਣ ਵਾਸਤੇ ਸੀ ਕਿ ਹੈ ਨਾ ਕਾਲਾਂ ਅੱਗੇ ਟੋਏ ਉਹ ਕੰਮ ਹੋ ਜਾਂਦਾ ਹੈ, ਤਾਂ ਸੋ ਦੈਟ ਉਹ ਚੀਜ਼ ਮੈਨੂੰ ਬਾਅਦ ਵਿੱਚ ਫਿਰ ਬੜੀ ਫੀਲ ਹੋਈ ਕਿ ਆਖਰ ਨੂੰ ਚਲੋ ਉਦੋਂ ਟਾਈਮ ਲਿੱਤਾ ਹੋਇਆ, ਉਦੋਂ 1 ਦਿਨ 2 ਦਿਨ 10 ਦਿਨ ਦਿੱਤੇ ਹੋਏ, ਅੱਜ ਵਧੀਆ ਰਿਜ਼ਲਟ ਲੈ ਕੇ ਆਏ ਨੇ। ਬਾਈ ਜਿਵੇਂ ਤੁਹਾਡਾ ਵੀਜ਼ਾ 5,24,000 ਤੇ ਆ ਗਿਆ ਕੈਨੇਡਾ ਦਾ ਸਪਾਊਸ ਵੀਜ਼ਾ, ਇੰਡੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਵੀਜ਼ਾ ਲੈਣ ਦੇ ਲਈ ਸਪਾਊਸ ਵੀਜ਼ਾ 15 ਤੋਂ 16 ਲੱਖ ਰੁਪਇਆ ਦਿਖਾਉਣਾ ਪੈਣਾ, ਤੁਸੀਂ ਦੱਸ ਦਿਓ ਵੀ ਤੁਹਾਡਾ 5,24,000 ਤੇ ਵੀਜ਼ਾ ਆ ਗਿਆ, ਕਿੰਨੇ ਮਹੀਨੇ ਪੁਰਾਣੀ ਸਟੇਟਮੈਂਟ ਤੁਸੀਂ ਲਾਈ ਸੀ ਤੇ ਕਿਵੇਂ ਇਹ ਫੰਡ ਮੇਨਟੇਨ ਕੀਤੇ ਸੀ? ਇਹ ਫੰਡ ਆਪਾਂ ਨੇ ਮੇਨਟੇਨ ਕੀਤੇ ਸੀ, 3 ਮਹੀਨੇ ਸਟੇਟਮੈਂਟ ਲਗਾਈ ਸੀ, ਤੇ 3 ਮਹੀਨੇ ਤੋਂ ਬਾਅਦ ਆਪਾਂ ਨੇ ਬੈਲੈਂਸ ਸਰਟੀਫਿਕੇਟ ਸਟੇਟਮੈਂਟ ਇਹ ਚੀਜ਼ਾਂ ਰਿਪ੍ਰਜੈਂਟ ਕੀਤੀਆਂ ਸਨ, ਤੇ ਪਲੱਸ ਇਹਦੇ ਵਿੱਚ ਇੱਕ ਗੱਲ ਹੋ ਰਹੀ ਕਿ ਇਹ 5,24,000 ਇਮੀਡੀਏਟ ਨਹੀਂ ਸੀ ਹੈਗਾ ਕਿ ਆਪਣਾ ਪਹਿਲੇ ਮਹੀਨੇ ਦੀ 5,24,000 ਰੁਪਇਆ ਸੀ, ਇਹ ਆਪਣਾ ਇਸ ਤਰੀਕੇ ਨਾਲ ਹੋਇਆ ਸੀ ਕਿ ਫੋਰ ਐਗਜ਼ਾਮਪਲ ਆਪਣਾ ਪਹਿਲੇ ਮਹੀਨੇ 4,80-90 ਦੇ ਕਰੀਬ ਸੀ, ਉਸ ਤੋਂ ਬਾਅਦ ਫਿਰ ਆਪਣੀ ਸੈਲਰੀ ਆਈਆਂ ਜਿਵੇਂ ਲਾਈਕ 3 ਸੈਲਰੀਆਂ ਵੀ ਆਲਰੇਡੀ ਪੈ ਚੁੱਕੀਆਂ ਸਨ, ਫਿਰ ਉਸ ਤੋਂ ਬਾਅਦ ਜਾ ਕੇ ਆਪਣਾ 5,24 ਦੇ ਕਰੀਬ ਹੋਇਆ ਸੀ ਆਪਣਾ ਓਵਰਆਲ ਬੈਲੈਂਸ, ਤਾਂ ਸੋ ਇਹ ਚੀਜ਼ ਸੀ ਆਪਣੀ ਇਸ ਨਾਲ। ਪਰ ਬਾਈ ਜੀ, ਪੰਜਾਬ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਕੈਨੇਡਾ ਦਾ ਸਪਾਊਸ ਵੀਜ਼ਾ ਲੈਣਾ ਸੌਖਾ ਹੀ ਬੜਾ,
ਇੱਕ ਪਾਸੇ ਇੱਕ ਲੋਬੀ ਕਹਿ ਰਹੀ ਹੈ ਕਿ ਔਖਾ ਹੀ ਬੜਾ। ਤੁਸੀਂ ਕਿਹੜੀ ਲੋਬੀ ਦੇ ਵਿੱਚ ਆਉਂਦੇ ਸੀ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਜ਼ ਏ ਏਜੰਟ ਕੰਮ ਕਰਦੇ ਸੀ? ਤਾਂ ਤੁਸੀਂ ਕਿੱਦਾਂ ਗਾਈਡ ਕਰਦੇ ਸੀ ਜਦੋਂ ਤੁਹਾਡੇ ਕੋਲੇ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਕੋਈ ਆਉਂਦਾ ਸੀ, ਐਜ਼ ਏ ਏਜੰਟ? ਤੁਸੀਂ ਉਹ ਮਾੜਾ ਜਿਹਾ ਦੱਸੋ ਵੀ ਕਿੱਦਾਂ ਪੰਜਾਬ ਦੇ ਵਿੱਚ ਬੈਠੇ ਜਿਹੜੇ ਏਜੰਟ ਆ ਉਹ ਲੋਕਾਂ ਨੂੰ ਫਸਾਉਂਦੇ ਆ ਤੇ ਸਕੈਮ ਕਰਦੇ ਉਹਨਾਂ ਦੇ ਨਾਲ? ਦੇਖੋ, ਸਾਡੇ ਕੋਲ ਜੋ ਕਲਾਇੰਟ ਸੀ ਉਹ ਥੋੜੇ ਜੇ ਲਾਈਕ ਸਟ੍ਰੇਟ ਫਾਰਵਰਡ ਜ਼ਰੂਰ ਸੀ ਕਿ ਉਹਨਾਂ ਦੀਆਂ ਆਲਰੇਡੀ ਪ੍ਰੋਫਾਈਲਸ ਅੱਛੀਆਂ ਹੁੰਦੀਆਂ ਸੀ, ਤਾਂ ਉਹ ਚੀਜ਼ ਸੀ। ਉਹਦੇ ਕਰਕੇ ਰਿਜ਼ਲਟ ਵੀ ਅੱਛਾ ਮਿਲ ਜਾਂਦਾ ਸੀ ਕਿ ਉਹਦੇ ਵਿੱਚ ਕੋਈ ਵੀ ਕੰਪਲੀਕੇਸ਼ਨ ਨਹੀਂ ਸੀ ਰਹਿ ਜਾਂਦੀ। ਉਹਨਾਂ ਕੋਲ ਆਲਰੇਡੀ ਇਨਫ ਉਹਨਾਂ ਦੇ ਬਿਜ਼ਨਸ ਵੀ ਸੈਟਅਪ, GST ਅਕਾਊਂਟ ਵੀ ਸਭ ਕੁਝ, ਈਵਨ ਕਿ ਹੈ ਨਾ ਈਚ ਐਂਡ ਐਵਰੀਥਿੰਗ। ਸੋ ਜੋ ਉਹ ਪ੍ਰੋਫਾਈਲ ਦੇ ਉੱਪਰ ਵੀਜ਼ਾ ਲੈਣਾ ਤਾਂ ਹੈ ਨਾ ਸ਼ੋਰ ਸ਼ੋਟ ਹੀ ਹੈ ਕਿ ਡੈਫੀਨੇਟਲੀ ਚਲੋ ਉਹ ਪ੍ਰੋਫਾਈਲ ਦੇ ਉੱਪਰ ਆਪਾਂ ਨੂੰ ਵੀਜ਼ਾ ਮਿਲ ਸਕਦਾ, ਤਾਂ ਉਹਨਾਂ ਦੇ ਨਾਲ ਅਸੀਂ ਵਰਕ ਕਰਦੇ ਰਹੇ ਹਾਂ। ਬਟ ਜਿਹੜਾ ਮੈਂ ਵੈਸੇ ਉਂਝ ਸਿਨੈਰੀਓ ਦੇਖਿਆ ਤਾਂ ਉਹਦੇ ਵਿੱਚ ਇਹ ਸੀ ਕਿ ਜ਼ਿਆਦਾਤਰ ਲਾਈਕ ਚੀਜ਼ਾਂ ਇਸ ਤਰੀਕੇ ਨਾਲ ਜਿਹੜੀਆਂ ਨੋਰਮਲ ਆਪਣੇ ਜਾਂ ਮੇਰੇ ਤੇਰੇ ਵਰਗੇ ਜਿਹੜੇ ਬੰਦੇ ਨੇ ਵੀ ਉਹਨਾਂ ਕੋਲ ਇੰਨੇ ਫੰਡ ਵੀ ਨਹੀਂ ਜਾਂ ਆਲਰੇਡੀ ਉਹ ਮਤਲਬ ਸਮ ਹਾਓ ਅਰੇਂਜ ਕਰਦੇ ਨੇ ਜਾਂ ਕਿਵੇਂ ਵੀ ਉਹ ਚੀਜ਼ਾਂ, ਤਾਂ ਉਹ ਜਿਹੜੇ ਬੰਦੇ ਜਾਂਦੇ ਸਨ ਜਿਹੜੇ ਹੋਰ ਲਾਈਕ ਇਹਨਾਂ ਏਜੰਟਸ ਵਗੈਰਾ ਕੋਲ, ਤਾਂ ਉੱਥੇ ਇਹ ਚੀਜ਼ਾਂ ਜ਼ਰੂਰ ਚੱਲਦੀਆਂ ਸਨ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਲਾਈਕ ਇਹ ਚੀਜ਼ਾਂ। ਇਹਦੇ ਨਾਲ ਮੈਂ ਕੁਐਸਚਨ ਇਹ ਚੀਜ਼ ਰਿਪ੍ਰੈਜੈਂਟ ਵੈਸੇ ਉਹ ਹੋ ਜਾਏਗਾ, ਧੱਕਾ ਜਿਹਾ ਹੋ ਜਾਏਗਾ ਵੀ ਤੂੰ ਵੀ ਇਹੀ ਕੰਮ ਕਰਦਾ ਰਿਹਾ। हाँ, कोई ना कोई ना कोई ना कोई ना, चलन दो, कोई चक्कर नहीं है। ठीक है, तुसी दस दो, एडा कोई गल नहीं, भी एजेंटा दे ਤੇ हुण पेट ਗੱਲ ਤੇ खोलदे ਉਹਦੇ है। ਚ ਇਹੀ ਹੈ ਨਾ ਕਿ ਬਸ ਇਹੀ ਹੈ ਕਿ ਉਹਦੇ ਵਿੱਚ ਫਿਰ ਜਦੋਂ ਆਪਣੇ ਕੋਲ ਬੰਦਾ ਆ ਗਿਆ ਕੋਈ, ਤਾਂ ਉਹ ਕਹਿ ਰਿਹਾ ਕਿ ਆਪਾਂ ਨੂੰ ਹੁਣ ਪਰਸਨ ਖੁਦ ਵੀ ਜਿਹੜੇ ਨੇ ਲੋਕ ਖੁਦ ਵੀ ਸਪੂਨ ਫੀਡਿੰਗ ਵੱਲ ਭੱਜਦੇ ਨੇ ਨਾ ਕਿ ਬਾਈ ਜੀ ਬਸ ਤੁਸੀਂ ਕਰ ਦਿਓ ਸਾਰਾ ਕੁਝ, ਤੁਸੀਂ ਕਰ ਦਿਓ ਡਾਕੂਮੈਂਟ ਵੀ, ਤੁਸੀਂ ਕਰ ਦਿਓ ਫੰਡ ਵੀ, ਤੁਸੀਂ ਕਰ ਦਿਓ ਆ ਵੀ, ਤੁਸੀਂ ਕਰ ਦਿਓ ਉਹ, ਜਦੋਂ ਆ ਵੀ ਤੁਸੀਂ ਕਰ ਦਿਓ ਉਹ ਵੀ ਤੁਸੀਂ ਕਰ ਦਿਓ, ਆਣ ਕੇ ਸਿਰ ਤੇ ਪੈਂਦੀ ਏ ਉਹ, ਤਾਂ ਫਿਰ ਅੱਕਿਆ ਬੰਦਾ ਕਰੇ ਤੇ ਕੀ ਨਾ ਕਰੇ, ਉਹ ਬਸ ਉਦੋਂ ਫਿਰ ਜਿਵੇਂ ਤਿਵੇਂ ਆਉਂਦੇ ਨੇ ਡਾਕੂਮੈਂਟ ਉਸੇ ਤਰੀਕਾ ਉਹਨਾਂ ਦੇ ਨਾਲ ਹੀ ਲਾਈਕ ਖੇਡਣਾ ਪੈਂਦਾ, ਉਹਨਾਂ ਦੇ ਨਾਲ ਹੀ ਚੀਜ਼ਾਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ। ਸੋ ਇਹ ਚੀਜ਼ ਏ, ਬਟ ਮੈਂ ਇਹ ਚੀਜ਼ ਜ਼ਰੂਰ ਉਹ ਕਰਾਂਗਾ ਕਿ ਜਿਵੇਂ ਲਾਈਕ ਤੁਹਾਡੇ ਨਾਲ ਮੈਂ ਵਰਕ ਕਰਨ ਤੋਂ ਬਾਅਦ ਇਹ ਚੀਜ਼ ਮੈਂ ਜ਼ਰੂਰ ਉਹ ਕੀਤੀ ਕਿ ਆਪਾਂ ਨੂੰ ਇਹ ਚੀਜ਼ ਦੇ ਨਾਲ ਲਾਈਕ ਇਹ ਚੀਜ਼ਾਂ ਨੂੰ ਸੈਟਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਫੰਡਸ ਜਾਂ ਦੂਜੀਆਂ ਚੀਜ਼ਾਂ, ਆਪਾਂ ਇੱਕ ਕੰਸਲਟੈਂਟ ਹਾਂ, ਆਪਾਂ ਨੂੰ ਜ਼ਰੂਰ ਆਪਾਂ ਨੂੰ ਲਾਈਕ ਗਾਈਡ ਕਰੋ ਅਗਲੇ ਨੂੰ, ਜੇ ਨਹੀਂ ਮੰਨਦਾ ਤਾਂ ਅਗਲੇ ਦੀ ਮਰਜ਼ੀ, ਅਗਲੇ ਨੂੰ ਫਿਰ ਜਵਾਬ ਦਿਓ ਇਹ ਚੀਜ਼ ਤੋਂ ਵੀ ਭਾਈ ਨਹੀਂ ਹੋਣਾ ਹੈਗਾ ਤੇਰਾ ਇਹ ਚੀਜ਼ ਦੇ ਉੱਤੇ, ਜੇ ਤੂੰ ਇਸ ਤਰੀਕੇ ਨਾਲ ਕੰਮ ਕਰੇਗਾ ਤਾਂ ਇਹ ਫਿਰ ਤੇਰਾ ਰਿਜ਼ਲਟ ਨਹੀਂ ਆਏਗਾ ਵਧੀਆ ਤਰੀਕੇ ਦੇ ਨਾਲ। ਬਟ ਉੱਥੇ ਇੰਡੀਆ ਦੇ ਵਿੱਚ ਕਿਤਨਾ ਕਿਤੇ ਮਜਬੂਰੀ ਬਣ ਜਾਂਦੀ ਸੀ ਵੀ ਐਟ ਦਾ ਐਂਡ ਡਾਕੂਮੈਂਟ ਫਿਰ ਹੈ ਨਾ ਅਗਲਾ ਪਤਾ ਨਹੀਂ ਕਿਉਂ, ਈਵਨ ਤੁਸੀਂ ਉਹ ਛੱਡੋ ਸਕੈਨ ਦੇ ਉੱਤੇ ਹੀ ਲਾ ਲਓ, ਸਕੈਨ ਅਗਲਾ ਡਾਕੂਮੈਂਟ ਲੈ ਕੇ ਆਉਂਦਾ ਏ, ਠੀਕ ਏ, ਉਹ ਕਹਿੰਦਾ ਸਕੈਨ ਵੀ ਭਾਈ ਤੂੰ ਆਪ ਹੀ ਕਰ ਲੈ ਸਾਰਾ ਕੁਝ, ਭਾਈ ਆਪ ਹੀ ਕਰ ਲੈ ਤੂੰ, ਸਾਡਾ ਤੇ ਹੱਥ ਖੜੇ ਨੇ, ਤੇ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਫਿਰ ਬੜੀਆਂ ਗੱਲਾਂ ਮੈਟਰ ਕਰਦੀਆਂ ਨੇ। ਸਿਮਿਲਰਲੀ ਐਵੇਂ ਡਾਕੂਮੈਂਟੇਸ਼ਨ ਦੇ ਉੱਤੇ ਗੱਲ ਆ ਗਈ, ਅਗਲਾ ਆਂਦਾ ਕੋਈ ਗੱਲ ਨਹੀਂ ਤੂੰ ਹੀ ਕਰ ਲੈ ਬਾਈ, ਕਿਵੇਂ ਚੱਲਦਾ ਨਹੀਂ ਬਾਈ ਵੀ ਤੂੰ ਮੰਗਣਾ ਡਾਕੂਮੈਂਟ, ਹੈ ਨਾ ਇਹ ਚੀਜ਼ ਮੈਟਰ ਕਰਦੀ ਹੈ ਬੜੀ ਜ਼ਿਆਦਾ। ਉੱਥੇ ਧੱਕਾ ਜਿਹਾ ਕਰਦੇ ਨੇ ਲੋਕ, ਆਪ ਹੀ ਧੱਕਾ ਕਰਨ ਲੱਗ ਜਾਂਦੇ ਨੇ, ਬਟ ਮੈਨੂੰ ਐਵੇਂ ਲੱਗਦਾ ਕਿ ਅਗਲਾ ਜਦੋਂ ਧੱਕਾ ਕਰਦਾ ਜਾਂ ਕੁਛ ਅਗਲੇ ਨੂੰ ਸਿੱਧੇ ਹੱਥ ਖੜੇ ਜੋੜ ਕੇ ਜਵਾਬ ਦੇ ਦਿਓ ਅਗਲੇ ਦੀ ਉਵੇਂ ਫਾਈਲ ਦੇ ਨਾਲ ਚੱਲਣ ਦੇ ਨਾਲੋਂ, ਇਹ ਚੀਜ਼ ਹੈ। ਬਟ ਉੱਥੇ ਪੰਜਾਬ ਦੇ ਵਿੱਚ ਇਹ ਚੀਜ਼ ਹੈ ਨਾ ਕਿ ਕਲਾਇੰਟ ਨੂੰ ਖੋਣ ਦਾ ਲਾਈਕ ਖੋਣ ਦੇ ਨਾਲੋਂ ਉਹ ਚੀਜ਼ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਲੋਕ ਕਿ ਫਿਰ ਇਹਦੇ ਨਾਲ ਹੀ ਫਾਈਲ ਆਪਾਂ ਅਪਲੋਡ ਕਰ ਦਈਏ ਲਾ ਦਈਏ ਕਿ ਚਲੋ ਰਿਜ਼ਲਟ ਹੋਏਗਾ ਫਿਰ ਦੇਖੀ ਜਾਏਗੀ, ਜਦੋਂ ਇਹ ਧੱਕਾ ਕਰਦੇ ਨੇ ਫਿਰ ਵੇਖੀ ਜਾਏਗੀ ਇਹ ਚੀਜ਼। ਇਹ ਤਾਂ ਬਾਈ ਉਹ ਗੱਲ ਹੋ ਗਈ ਕਿ ਇੱਕ ਏਜੰਟ ਨੇ ਖੋਲੇ ਏਜੰਟਾਂ ਦੇ ਭੇਤ ਕਿਵੇਂ ਲੱਗਦੀਆਂ, ਕੈਨੇਡਾ ਦੀਆਂ ਸਪਾਊਸ ਵੀਜ਼ਾ ਦੀਆਂ ਫਾਈਲਾਂ, ਇਹ ਟਾਈਟਲ ਜਾ ਬਣ ਜਾਣਾ ਵੀ ਚੱਕ ਦੋ ਕੰਮ ਰੱਖ ਦੋ ਕੰਮ। ਬਾਈ ਪ੍ਰੀਤ, ਅਗਲਾ ਸਵਾਲ ਆ ਕਿ ਅਗਲਾ ਸਵਾਲ ਮੈਂ ਇੱਥੇ ਹਾਸੇ ਖੇਡੇ ਨਾਲ ਹੀ ਕਰਦਾ ਕਿ ਤਿੰਨ ਰਿਫਿਊਜ਼ਲਾਂ ਆਉਣ ਤੋਂ ਬਾਅਦ ਵੀ ਤੁਸੀਂ ਇਮੀਗ੍ਰੇਸ਼ਨ ਵਾਲਾ ਕੰਮ ਕਰਦੇ ਰਹੇ ਪੰਜਾਬ ਦੇ ਵਿੱਚ, ਠੀਕ ਹੈ, ਤੇ ਤੁਹਾਨੂੰ ਕਦੀ ਐ ਨਹੀਂ ਫੀਲ ਹੋਇਆ ਵੀ ਯਾਰ ਆਪਦਾ ਕੰਮ ਕੈਨੇਡਾ ਵਾਲਾ ਔਖਾ ਜਿਹਾ ਹੋਇਆ ਪਿਆ, ਲੋਕਾਂ ਨੂੰ ਬਾਹਰ ਭੇਜੀ ਜਾਂਦੇ ਆ? ਯਾਰ ਇਹ ਦੱਸੋ ਵੀ ਕਿਵੇਂ ਤੁਹਾਡਾ ਹੌਂਸਲਾ ਪਿਆ ਵੀ ਤਿੰਨ ਰਿਫਿਊਜ਼ਲਾਂ ਲੱਗ ਗਈਆਂ ਆਪਦੇ ਤੇ ਆਪ ਹੁਣ ਸਪਾਊਸ ਵੀਜ਼ੇ ਤੇ ਕੈਨੇਡਾ ਜਾਣਾ, ਤੇ ਉਹ ਫੀਲਿੰਗ ਜੀ ਦੱਸੋ ਮਾੜੀ ਜੀ, ਕਹਿ ਦੇ ਏਜੰਟ ਤੌਰ ਤੇ ਜਿਹੜੀ ਫੀਲਿੰਗ ਹੁੰਦੀ ਜੀ। ਉਹ ਫੀਲਿੰਗ ਦੇ ਵਿੱਚ ਗੱਲ ਇੱਥੇ ਆਣ ਕੇ ਮੁੱਕਦੀ ਸੀ ਕਿ ਜਿਹੜੀ ਮੇਰੀ ਪ੍ਰੋਫਾਈਲ ਸੀ ਉਹ ਬੜੀ ਜ਼ਿਆਦਾ ਮਤਲਬ ਕੰਪਲਿਕੇਟ ਹੋ ਚੁੱਕੀ ਸੀ,
ਉਹ ਚੀਜ਼ ਨੂੰ ਅਨਸਰ ਉਹ ਮੇਰੀ ਪ੍ਰੋਫਾਈਲ ਨੂੰ ਜਿਹੜੇ ਅਨਸਰ ਚਾਹੀਦੇ ਸਨ ਉਹ ਮੇਰੇ ਕੋਲ ਨਾ ਖੁਦ ਕੋਲ ਨਾਲ ਸਨ ਤੇ ਨਾ ਉੱਥੇ ਬੈਠੇ ਹੋਏ ਏਜੰਟ ਚਾਹੇ ਸਾਰਾ ਚੰਡੀਗੜ੍ਹ ਫਿਰ ਲਓ ਠੀਕ ਹੈ ਵੱਡੇ ਵੱਡੇ ਚਾਹੇ ਲੋਇਰ ਆਪਣੇ ਆਪ 'ਚ ਕਹਿੰਦੇ ਘੁਮਾਉਂਦੇ ਜਿਹਦੇ ਨਾਲ ਮੈਂ ਹਰ ਇੱਕ ਬੰਦੇ ਦੇ ਨਾਲ ਮੈਂ ਬਹਿ ਕੇ ਵਰਕ ਕੀਤਾ ਹੋਇਆ ਹੈ ਤਾਂ ਉਹ ਚੀਜ਼ ਦਾ ਆਂਸਰ ਕਿਤੇ ਵੀ ਨਹੀਂ ਸੀ ਮਿਲਦਾ ਉਹ ਹੋਏ ਉਹਨਾਂ ਕੋਲ ਨੌਲੇਜ ਤਾਂ ਮਿਲੇ ਉਹਨਾਂ ਨੂੰ ਪਤਾ ਹੋਏ ਐਕਚੁਅਲ ਦੇ ਵਿੱਚ ਵੀ ਕੀ ਚੱਲ ਰਿਹਾ ਐਮਬੈਸੀ ਦੇ ਵਿੱਚ ਤਾਂ ਉਹਨਾਂ ਨੂੰ ਤਾਂ ਉਹ ਚੀਜ਼ ਦਾ ਆਂਸਰ ਪਤਾ ਹੋਵੇ ਸੋ ਇਹ ਸੀ ਬਟ ਜਿਹੜੀਆਂ ਪ੍ਰੋਫਾਈਲ ਦੇ ਉੱਤੇ ਜਾਂ ਮੇਰਾ ਐਕਸਪੀਰੀਅੰਸ ਲਾ ਲਓ ਕਿ ਮੈਂ ਕਿਵੇਂ ਵਰਕ ਕਰਦਾ ਸਾਂ ਜਾਂ ਵੀਜ਼ੇ ਉਸਤੇ ਕਿਉਂ ਆਉਂਦੇ ਸਨ ਉਹਦੇ ਤੇ ਵੀਜ਼ੇ ਦਾ ਇਹ ਸੀ ਕਿ ਮੈਨੂੰ ਪ੍ਰੋਫਾਈਲਸ ਮਿਲਦੀਆਂ ਹਨ ਬਹੁਤ ਜ਼ਿਆਦੀਆਂ ਅੱਛੀਆਂ ਬਹੁਤ ਜ਼ਿਆਦੀਆਂ ਲਾਈਕ ਸੁਲਝੀਆਂ ਹੋਈਆਂ ਪ੍ਰੋਫਾਈਲਸ ਜਿਹੜੇ ਪਰਸਨਸ ਖੁਦ ਲਾਈਕ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦੇ ਕੋਲ ਖੁਦ ਸਾਰਾ ਕੁਛ ਡਾਟਾ ਲਾਈਕ ਆਉਣ ਦਾ ਰਿਕਾਰਡ ਹੈਗਾ ਏ ਸੋ ਉਹ ਚੀਜ਼ਾਂ ਉਹ ਬੰਦਿਆਂ ਨੂੰ ਵੀਜ਼ਾ ਲੈ ਕੇ ਦੇਣਾ ਕੋਈ ਖਾਸ ਗੱਲ ਨਹੀਂ ਹੈਗੀ ਇਹ ਚੀਜ਼ ਦਾ ਡਿਫਰੈਂਸ ਕ੍ਰੀਏਟ ਹੋ ਜਾਂਦਾ ਸੀ ਮੇਰਾ ਤੇ ਉਹਨਾਂ ਦੇ ਨਾਲੋਂ ਤੇ ਬਈ ਪ੍ਰੀਤ ਹੁਣ ਆਪਾਂ ਹੋਰ ਵੀ ਗੱਲਾਂ ਦੋ ਚਾਰ ਗੱਲ ਕਰ ਲਈਏ ਕਿ ਸਪਾਊਸ ਵੀਜ਼ੇ ਨੂੰ ਲੈ ਕੇ ਨਾ 2024 ਦੇ ਵਿੱਚ ਮਾਹੌਲ ਜਿਹਾ ਨਾ ਉੱਤੋਂ ਥੱਲੇ ਜਿਹੇ ਵਾਲਾ ਹੋਇਆ ਪਿਆ ਵੀ ਡਿਗਮਗ ਡਗਮਗ ਜੀ ਹੋਈ ਪਈ ਆ ਵੀ ਜਿਹੜਾ ਪਹੁੰਚ ਗਿਆ ਜਿਹੜਾ ਰਹਿ ਗਿਆ ਉਹ ਵਿਚਾਰੇ ਨੂੰ ਰਾਤ ਨੂੰ ਇਹੀ ਲੱਗਦਾ ਕਿ ਮਾਰਕ ਮਿਲਰ ਸਾਹਿਬ ਕਿਤੇ ਤੜਕੇ ਉੱਠ ਕੇ ਨਾ ਕੋਈ ਸਿਆਪਾ ਨਾ ਪਾ ਦੇ ਠੀਕ ਹੈ ਤੇ ਤੁਸੀਂ ਦੱਸੋ ਵੀ 2024 ਕਿੱਦਾਂ ਦਾ ਹੋਣ ਵਾਲਾ ਖਾਸ ਤੌਰ ਤੇ ਵੀ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜੇ ਸਾਡੇ ਲੋਕਾਂ ਦਾ ਜਾਂ ਬੈਠੇ ਏਜੰਟਸ ਦਾ ਜਾਂ ਕੁਛ ਯੂਟਿਊਬਰ ਆ ਜਿਹੜੇ ਦਿਖਾਉਂਦੇ ਸੀ ਵੀ ਯਾਰ ਫਲਾਨੇ ਚੀਜ਼ਾਂ ਉਹ ਨੇ ਨੈਗੇਟਿਵ ਚੀਜ਼ਾਂ ਨੇ ਇਹ ਚੱਕਰ ਹੀ ਉਹਦਾ ਪਿਆ ਜੀ ਸਾਰਾ ਨੈਗੇਟਿਵਿਟੀ ਦਾ ਜਿਹੜੇ ਫੜ ਫੜ ਕੇ ਪਾਸਪੋਰਟ ਵਿਖਾਉਂਦੇ ਸਨ ਨਾ ਤੇ ਸਾਰਾ ਕੁਝ ਕਰਦੇ ਸਨ ਇੱਕ ਦਿਨ ਚ ਵੀਜ਼ਾ ਆ ਗਿਆ ਤੇ ਐ ਹੋ ਗਿਆ ਤੇ ਉਹ ਹੋ ਗਿਆ ਵਿੱਚੋਂ ਹਾਫ ਇਨਫੋਰਮੇਸ਼ਨ ਕੋਲੋਂ ਬਣਾਤੀ ਹਾਫ ਇਨਫੋਰਮੇਸ਼ਨ ਇਹ ਤਾਂ ਮੈਨੂੰ ਇਹ ਚੀਜ਼ ਮੈਨੂੰ ਤੁਹਾਡੇ ਕੋਲ ਆਣ ਕੇ ਪਤਾ ਲੱਗੀ ਵੀ ਭਾਈ ਉਹ ਸਾਰਾ ਕੁਝ ਰੱਖੀ ਬੈਠੇ ਨੇ ਉਹ ਹਰ ਇੱਕ ਚੀਜ਼ ਦੇ ਉੱਤੇ ਨਜ਼ਰ ਰੱਖਦੇ ਨੇ ਇਹ ਚੀਜ਼ ਦੇ ਉੱਤੇ ਆਪਣੀ ਬੜੀ ਜ਼ਿਆਦਾ ਵਾਰੀ ਗੱਲ ਹੋਈ ਹੈ ਈਵਨ ਤੁਸੀਂ ਮੈਨੂੰ ਇਹ ਚੀਜ਼ ਦੇ ਪ੍ਰੂਫ ਵੀ ਰਿਪ੍ਰਜੈਂਟ ਕਰਕੇ ਦਿੱਤੇ ਨੇ ਵੀ ਬਾਈ ਉਹ ਈਵਨ ਉਹਨਾਂ ਕੋਲ ਫੋਟੋਆਂ ਉਹਨਾਂ ਦੇ ਇਹ ਜਿਹੜੇ ਲਾਈਕ ਵੀਡੀਓ ਅਪਲੋਡ ਕਰਦੇ ਨੇ ਸਭ ਕੁਛ ਉਹਨਾਂ ਦੇ ਕੋਲ ਪਹੁੰਚਦਾ ਹੈ ਤੇ ਉਹਨਾਂ ਦੇ ਕੋਲੋਂ ਜਦੋਂ ਇਹ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਉਹ ਫਿਰ ਇਸ ਚੀਜ਼ਾਂ ਨੂੰ ਸਾਰੀਆਂ ਨੂੰ ਕੈਲਕੂਲੇਟ ਕਰਕੇ ਫਿਰ ਉਹ ਡਿਸੀਜਨ ਲੈਂਦੇ ਨੇ ਵੀ ਹੁਣ ਬਾਈ ਕੀ ਕੀਤਾ ਜਾਵੇ ਤੇ ਆਪਣੇ ਵਾਲੇ ਥੋੜੇ ਸਮਝਦੇ ਨੇ ਕਿ ਉਹ ਭਾਈ ਅਣਜਾਣ ਹੀ ਨੇ ਉਹ ਐਵੇਂ ਚੁੱਕ ਕੇ ਵੀਜ਼ਾ ਦੇ ਦਿੰਦੇ ਨੇ ਉਹ ਐਵੇਂ ਵੀਜ਼ਾ ਨਹੀਂ ਦਿੰਦੇ ਹੈਗੇ ਓਲਡੋ ਚਲੋ ਕਿਤੇ ਨਾ ਕਿਤੇ ਇਹ ਚੀਜ਼ਾਂ ਹੋ ਵੀ ਸਕਦੀਆਂ ਨੇ ਕਿਤੇ ਨਾ ਕਿਤੇ ਵੀ ਚਲੋ ਠੀਕ ਹੈ ਕੋਈ ਨਾ ਕੋਈ ਲੱਕੀ ਹੋ ਵੀ ਸਕਦਾ ਏ ਬਿਲਕੁਲ ਤੇ ਚੱਲੇ ਵੀ ਨੇ ਵਿੱਚ ਜੀ ਕਰਕੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹ ਉਹ ਸਭ ਉਹਨਾਂ ਨੂੰ ਚੀਜ਼ਾਂ ਨੋਟਿਸ ਹੋ ਗਈਆਂ ਨੇ ਤਾਂ ਹੀ ਉਹਨਾਂ ਨੇ 2024 24 ਚੜ੍ਹਦੇ ਹੀ ਉਹਨਾਂ ਨੇ ਐਲਾਨ ਕਰਨੇ ਸ਼ੁਰੂ ਕਰਤੇ ਵੀ ਭਾਈ ਹੁਣ ਇਹ ਚੀਜ਼ਾਂ ਨਹੀਂ ਚੱਲਣੀਆਂ ਹੈਗੀਆਂ ਹੁਣ ਥੋੜੇ ਜਿਹੇ ਸਿੱਧੇ ਹੋ ਜਾਓ ਹੁਣ ਮੈਂ ਇੱਥੇ ਕੋਈ ਚੀਜ਼ ਕਰਦਾ ਜਾਂਦਾ ਵਾਰ ਵਾਰ ਮੈਂ ਕਹਿੰਦਾ ਹੁੰਦਾ ਕਿ ਭਾਈ ਇਹਨਾਂ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਨੂੰ 2024 ਦੇ ਵਿੱਚ ਕੈਨੇਡਾ ਦਾ ਵੀਜ਼ਾ ਨਹੀਂ ਮਿਲਣਾ ਜਿਨ੍ਹਾਂ ਨੇ ਆਪਦੀਆਂ ਪ੍ਰੋਪਰ ਸਟੇਟਮੈਂਟ ਤੇ ਕੰਮ ਨਹੀਂ ਕੀਤਾ ਫੰਡ ਦਾ ਉੱਤੇ ਨਹੀਂ ਕੰਮ ਕੀਤਾ ਜਿਨ੍ਹਾਂ ਨੇ ਆਪਦੇ ਰਿਲੇਸ਼ਨਸ਼ਿਪ ਦੇ ਉੱਤੇ ਕੰਮ ਨਹੀਂ ਕੀਤਾ ਠੀਕ ਹੈ ਸੋ ਜੇ ਤੁਸੀਂ ਵੀਜ਼ਾ ਲੈਣਾ ਆਪਦੇ ਸਟੇਟਮੈਂਟ ਪ੍ਰੋਪਰ 3 ਤੋਂ 4 ਮਹੀਨਿਆਂ ਦੀ ਸਟੇਟਮੈਂਟ ਲਾਓ 5-6 ਲੱਖ ਵਿਦ ਸੋਰਸ ਦਿਖਾਓ ਠੀਕ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ 15 ਲੱਖ ਹੀ ਦਿਖਾਉਣਾ ਜਿੰਨਾ ਹੁਣ ITR ਇੱਕ ਹੱਸੋ ਹੀ ਨਹੀਂ ਗੱਲ ਦੱਸੋ ਵੀ ਯਾਰ ITR ਵਾਲਾ ਬੜਾ ਚੱਕਰ ਚੱਲਦਾ ਪੰਜਾਬ ਦੇ ਵਿੱਚ ਠੀਕ ਹੈ ਵੀ ਉਹ ਚੱਕਰ ਕਿਵੇਂ ਚਲਾਉਂਦੇ ਵੀ ITR 7-8-10 ਲੱਖ ਦੀ ਭਰਨੀ ਹੈ ਫੇਰ ਹੀ ਤੁਹਾਡਾ ਵੀਜ਼ਾ ਆਊਗਾ ਬਸ ਚੱਕਰ ਹੀ ਇੱਥੇ ਪੈ ਜਾਂਦਾ ਹੈ ਨੌਲੇਜ ਦੀ ਗੱਲ ਹੈ ਜੀ ਉਹਨਾਂ ਨੇ ਬਸ ਇਹ ਵਹਿਮ ਹੋ ਜਾਂਦਾ ਕੋਈ ਹੁਣ ਫੋਰ ਐਗਜ਼ਾਮਪਲ ਕੋਈ ਵਧੀਆ ਪ੍ਰੋਫਾਈਲ ਵਾਲਾ ਆ ਗਿਆ ਉਹਦੀ 8 ਲੱਖ ਦੀ ਲਾਈਕ ITR ਸੀ ਉਹਦੇ ਅਕੋਰਡਿੰਗ ਉਹਦੇ ਬੈਂਕ ਸਟੇਟਮੈਂਟ ਸੀ ਉਹਦੇ ਅਕੋਰਡਿੰਗ ਉਹਦੇ ਬਾਕੀ ਡਾਕੂਮੈਂਟ ਸੀ ਉਹਦੇ ਅਕੋਰਡਿੰਗ ਉਹਦੀ ਲਾਈਕ ਕੰਮ ਕਾਰ ਸਭ ਕੁਛ ਸੀ ਉਹਦਾ ਵੀਜ਼ਾ ਆ ਗਿਆ ਉਹਨਾਂ ਨੇ ਫਿਰ ਇਹੀ ਗੱਲ ਚੱਕ ਲੈਣੀ ਹੈ ਵੀ 8 ਲੱਖ ਵਾਲੇ ਦਾ ਵੀਜ਼ਾ ਹੁੰਦਾ ਹੈ ਇਹਨੂੰ ਹੀ ਹਨਾ ਵੀ ਇਹ ਚੀਜ਼ ਹੈ ਬਟ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ ਕਿ ਉਹ ਸਾਰੀਆਂ ਉਹਦੀਆਂ ਲਿੰਕਅਪ ਕਰਦੀਆਂ ਸਨ ਚੀਜ਼ਾਂ ਉਹਦੀਆਂ ਪ੍ਰੋਫਾਈਲ ਮੈਟਰ ਕਰਦੀ ਸੀ ਹੁਣ ਜੇ 3 ਲੱਖ ਹੁਣ ਮੇਰੀ ਖੁਦ ਦੀ ITR 3.5 ਲੱਖ ਦੀ ਸੀ ਠੀਕ ਹੈ ਤੇ ਉਹ ਲਾਈਕ ਹੁਣ ਉਹ 3.5 ਦੇ ਨਾਲ ਸਾਰੀਆਂ ਚੀਜ਼ਾਂ ਲਿੰਕਅਪ ਕਰਦੀਆਂ ਸਨ ਹਰ ਇੱਕ ਚੀਜ਼ ਚਾਹੇ ਉਹ ਮੇਰੀ ਸੈਲਰੀ ਹੋ ਗਈ ਚਾਹੇ ਉਹ ਜੋਬ ਹੋ ਗਈ ਮੇਰੀ ਡੈਜ਼ਿਗਨੇਸ਼ਨ ਹੋ ਗਈ ਠੀਕ ਹੈ ਮੇਰਾ ਮੇਰਾ ਬੈਲੈਂਸ ਹੋ ਗਿਆ ਮੇਰੀ ਸਟੇਟਮੈਂਟ ਹੋ ਗਈ ਕਿਵੇਂ ਮੈਂ ਪੈਸੇ ਆ ਰਹੇ ਨੇ ਕਿਵੇਂ ਮੈਂ ਖਰਚ ਰਿਹਾ ਵਾਂ ਉਹ ਸਭ ਕੁਛ ਲਿੰਕਅਪ ਕਰਦੀਆਂ ਸਨ ਚੀਜ਼ਾਂ ਤਾਂ ਜਸਟੀਫਾਈਡ ਸਨ ਸੋ ਦੈਟ ਲਾਈਕ ਓਵਰਆਲ ਇਹ ਚੀਜ਼ ਹੈ ਕਿ ਇਟ ਡਜ਼ਨਟ ਮੈਟਰ ਕਿ ਤੁਹਾਡੀ ITR ਕਿੰਨੇ ਦੀ ਏ ਬਟ ਇਟ ਮੈਟਰਸ ਕਿ ਤੁਸੀਂ ਓਵਰਆਲ ਆਪਣੀ ਪ੍ਰੋਫਾਈਲ ਨੂੰ ਕਿਵੇਂ ਲਾਈਕ ਫਾਈਨੈਂਸ਼ੀਅਲ ਰੈਕਰਡ ਨੂੰ ਕਿਵੇਂ ਤੁਸੀਂ ਉਹ ਕਰਦੇ ਹੋ ਤਿਆਰ ਕਰਦੇ ਹੋ
ਲਾਈਕ ਚਾਹੇ ਤੁਹਾਡੀ ਜੇ ਤੁਹਾਡਾ ਕੰਮ ਕਾਰ ਏ ਉਹ ਐਕਚੁਅਲ ਦੇ ਵਿੱਚ ਉਹ ਕਿਵੇਂ ਲਿੰਕਅਪ ਕਰ ਰਿਹਾ ਏ, ਉਹ ਸਾਰੀਆਂ ਚੀਜ਼ਾਂ ਨੂੰ ਲਿੰਕਅਪ ਕਰਕੇ ਤੁਹਾਡਾ ਬੈਲੈਂਸ ਲੈਟਰ। ਹੁਣ ਤੁਸੀਂ ਬੈਲੈਂਸ ਇਕੱਲੀ FD ਵਿਖਾਤੀ 20 ਲੱਖ ਦੀ, ਤੁਹਾਡਾ ਬਾਕੀ ਜਿਹੜੀਆਂ ਸਟੇਟਮੈਂਟ ਏ ਹੈ ਨਾ ਉਹ ਸ਼ੋ ਕਰ ਰਹੀ ਹੈ ਤੁਹਾਡੇ ਪੈਸੇ ਉਬੜ ਖਾਬੜ, ਜੇ ਕੋਈ 50 ਆ ਗਿਆ ਉਦੋਂ ਮਗਰੋਂ ਮਹੀਨਾ ਪਤਾ ਹੀ ਨਹੀਂ ਪੈਸਿਆਂ ਦਾ, ਫਿਰ ਉਦੋਂ ਮਗਰੋਂ ਪੈਸੇ ਸ਼ੁਰੂ ਹੋ ਗਏ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਇਹ ਸਭ ਜਦੋਂ ਚੀਜ਼ਾਂ ਲਾਈਕ ਲਿੰਕ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ, ਤੇ ਫਿਰ ਚਾਹੇ ਤੁਸੀਂ ITR 20 ਲੱਖ ਦੀ ਸ਼ੋ ਕਰ ਲਓ ਤੇ FDR ਕਰੋੜ ਦੀ ਸ਼ੋ ਕਰ ਲਓ, ਉਹ ਫਿਰ ਵੀਜ਼ਾ ਨਹੀਂ ਲੈ ਕੇ ਆਏਗੀ ਇਹ ਚੀਜ਼। ਬਾਈ ਪ੍ਰੀਤ, ਇੱਕ ਸੰਜੀਦਾ ਜਿਹਾ ਸਵਾਲ ਪੁੱਛਣਾ ਤੁਹਾਡੇ ਤੋਂ ਕਿ ਜਿਹੜਾ ਪੰਜਾਬ ਦੇ ਵਿੱਚ ਬੈਠੇ ਏਜੰਟ ਆ, ਲਾਈਕ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਕੰਮ ਕਰਦੇ ਸੀ ਫਾਈਲਾਂ ਫੁਈਲਾਂ ਲਾਉਣ ਦਾ, ਤਾਂ ਜਿਹੜੇ ਇਹ ਫੰਡ ਦਿਖਾਏ ਜਾਂਦੇ ਆ, ਠੀਕ ਹੈ, ਇਹ ਕਿਵੇਂ ਦਿਖਾਏ ਜਾਂਦੇ, ਇਹ ਕੰਮ ਕਾਰ ਕਿੱਦਾਂ ਚੱਲਦਾ? ਦੇਖੋ ਇਹ ਚੀਜ਼ ਦੇ ਉੱਤੇ ਜ਼ਿਆਦਾ ਇਨਫੋਰਮੇਸ਼ਨ ਤਾਂ ਨਹੀਂ ਹੈਗੀ ਮੇਰੇ ਕੋਲ, ਬਟ ਇਹ ਚੀਜ਼ ਦੇ ਉੱਤੇ ਇਹ ਵੀ ਹੈ ਕਿ ਇਹਨਾਂ ਦੇ ਲਿੰਕਅਪ ਵਗੈਰਾ ਹੈਗੇ ਨੇ ਬੈਂਕਸ ਦੇ ਨਾਲ ਤੇ ਲਾਈਕ ਫਾਈਨੈਂਸਰਸ ਵਗੈਰਾ, ਸੋ ਉਹ ਚੀਜ਼ਾਂ ਉਹਨਾਂ ਦੇ ਨਾਲ ਰਲ ਮਿਲ ਕੇ ਇਹਦੀ ਆਸਾਨ ਜੀ ਪਾ ਕੇ ਚੱਲਦੀਆਂ ਨੇ। ਬਟ ਆਈ ਥਿੰਕ ਦੈਟ ਕਿ ਜੋ ਇਹ ਜਿਵੇਂ ਫੰਡ ਆਪਾਂ ਸ਼ੋ ਕਰਨੇ ਆ ਤਾਂ ਇਹਨਾਂ ਦੇ ਉੱਤੇ ਵੀਜ਼ਾ ਬਿਲਕੁਲ ਨਹੀਂ ਮਿਲਦਾ ਹੈਗਾ, ਇਹ ਵਹਿਮ ਏ ਜਸਟ ਇਹਨਾਂ ਦੇ ਆਪਣੇ ਪੈਸੇ ਕਢਵਾਉਣ ਦੇ ਜ਼ਰੀਏ ਨੇ। ਈਵਨ ਟੂ ਬੀ ਓਨੈਸਟ ਇਹੋ ਜਿਹੀ ਪ੍ਰੋਫਾਈਲ ਦੇ ਤੇ ਮੈਂ ਖੁਦ ਨਹੀਂ ਵਰਕ ਕਰਕੇ ਦਿੱਤਾ, ਕਦੀ ਵੀ ਨਾ ਕਰਿਆ ਏ। ਈਵਨ ਚਲੋ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਮੇਰੇ ਕੋਲ ਪ੍ਰੋਫਾਈਲਸ ਬਹੁਤ ਅੱਛੀਆਂ ਆਉਂਦੀਆਂ ਸਨ, ਐਵੇਂ ਦੀ ਕੋਈ ਪ੍ਰੋਫਾਈਲ ਮੇਰੇ ਕੋਲ ਆਉਂਦੀ ਹੀ ਨਹੀਂ ਸੀ ਹੈਗੀ। ਬਟ ਅਗਰ ਜੇ ਕੋਈ ਮੇਰੇ ਕੋਲ ਐਵੇਂ ਕੋਈ ਕੰਸਲਟੈਂਸੀ ਲਾਈਕ ਕੰਸਲਟ ਕਰਦਾ ਸੀ ਜਾਂ ਪੁੱਛਦਾ ਸੀ ਜਾਂ ਮੇਰੇ ਕੋਲ ਪ੍ਰੋਫਾਈਲ ਲੈ ਕੇ ਆਉਂਦਾ ਸੀ, ਤਾਂ ਮੈਂ ਵੀ ਉਹਨੂੰ ਖੁਦ ਲਾਈਕ ਕਲੀਅਰ ਕੱਟ ਜਵਾਬ ਦੇ ਦਿੰਦਾ ਸੀ ਵੀ ਬਾਈ ਜਿਹੜੇ ਫੰਡ ਸ਼ੋਅ ਕਰਨੇ ਨੇ ਉਹ ਤੇ ਬਿਲਕੁਲ ਹੀ ਲਿੰਕਅਪ ਨਹੀਂ ਕਰਨਗੇ ਕਿਸੇ ਚੀਜ਼ ਦੇ ਨਾਲ, ਉਹ ਤੇਰੀ ਸਰਾਸਰ ਰਿਫਿਊਜ਼ਲ ਹੈ, ਉਹ ਚਾਹੇ ਤੂੰ ਭਾਵੇਂ 50 ਲੱਖ ਦੀ ਲੈ ਆ ਤੇ ਉਹ ਤੇ ਜਸਟ ਇੱਕ ਇਹਨਾਂ ਦਾ ਪੈਸੇ ਕਢਵਾਉਣ ਦਾ ਤਰੀਕਾ ਹੈ, ਹੋਰ ਕੁਛ ਵੀ ਨਹੀਂ ਹੈਗਾ। ਠੀਕ ਹੈ ਜੀ, ਠੀਕ ਹੈ ਜੀ। ਦੇਖਿਆ ਜਾਵੇ ਤਾਂ ਮਾਰਕ ਮਿਲਰ ਸਾਹਿਬ ਨੇ, ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਆ, ਉਹਨਾਂ ਨੇ ਕਿਤੇ ਨਾ ਕਿਤੇ ਬੈਠੇ ਜਿਹੜੇ ਪੰਜਾਬ ਦੇ ਵਿੱਚ ਅਨਆਥੋਰਾਈਜ਼ਡ ਏਜੰਟ, ਉਹਨਾਂ ਨੂੰ ਨੱਥ ਜੀ ਪਾਤੀ ਆ। ਹਾਂਜੀ ਬਿਲਕੁਲ, ਹੁਣ ਮਾਰਕ ਮਿਲਰ ਸਾਹਿਬ ਇਹ ਤਾਂ ਕਹਿ ਨੂੰ ਰਹੇ ਵੀ ਭਾਈ ਤੁਹਾਨੂੰ ਅਸੀਂ ਵੀਜ਼ੇ ਨਹੀਂ ਦੇਣੇ, ਹੁਣ ਮਾਰਕ ਮਿਲਰ ਸਾਹਿਬ ਨੇ ਜਿਹੜੀਆਂ ਸ਼ਰਤਾਂ ਰੱਖ ਲਈਆਂ ਉਹਨਾਂ ਦੇ ਹਿਸਾਬ ਨਾਲ ਤਾਂ ਕੰਮ ਪਲੜਾ ਜਿਹੜਾ ਉੱਤੇ ਥੱਲੇ ਹੁੰਦਾ ਨਜ਼ਰ ਆ ਰਿਹਾ। ਬਾਕੀ ਪ੍ਰੀਤ ਬਾਈ ਜੀ, ਤੁਸੀਂ ਆਏ ਹੋ, ਤੁਹਾਡੀ ਜਿਹੜੀ ਪ੍ਰਾਈਵੇਸੀ ਦੀ ਅਸੀਂ ਕਦਰ ਕਰਦੇ ਹਾਂ, ਕਿਉਂਕਿ ਤੁਸੀਂ ਵੀ ਖੁਦ ਉਹ ਕੰਮ ਚੋਂ ਆਏ ਆ, ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ, ਇਸ ਕਰਕੇ ਅਸੀਂ ਤੁਹਾਡੀ ਜਿਹੜੀ ਪ੍ਰਾਈਵੇਸੀ ਆ ਉਹ ਹਾਈਡ ਕਰ ਰਹੇ ਹਾਂ, ਯਾਨੀ ਕਿ ਤੁਹਾਡਾ ਫੇਸ ਜਿਹੜਾ ਠੀਕ ਹੈ ਉਹ ਹਾਈਡ ਕਰ ਰਹੇ ਹਾਂ, ਠੀਕ ਹੈ, ਐਜ਼ ਏ ਪਰ ਕਨਵਰਸੇਸ਼ਨਸ ਜਿਹੜੀਆਂ ਸਾਡੀਆਂ ਹੋਈਆਂ ਸੀਆਂ, ਹਾਂਜੀ ਐਜ਼ ਅ ਸੇਫਟੀ ਜਿਹੜੀਆਂ ਸਾਨੂੰ ਅਲਾਉ ਕਰਦੀਆਂ ਹੁੰਦੀਆਂ। ਹੁਣ ਇੱਕ ਲਾਸਟ ਸਵਾਲ ਆ ਤੁਹਾਡੇ ਤੋਂ ਬਾਈ ਜੀ, ਤੁਹਾਡੀਆਂ ਕੈਨੇਡਾ ਦੀਆਂ ਪਹਿਲਾਂ 3 ਰਿਫਿਊਜ਼ਲ ਸੀਆਂ, ਚੌਥੀ ਵਾਰ ਆਪਾਂ ਤੁਹਾਡਾ ਕੈਨੇਡਾ ਦਾ ਸਪਾਊਸ ਵੀਜ਼ਾ ਅਪਲਾਈ ਕੀਤਾ, ਤੇ ਮੈਨੂੰ ਇਹ ਦੱਸ ਦਿਓ 30 ਸੈਕਿੰਡ ਦੇ ਵਿੱਚ ਵੀ APR ਤੋਂ ਤੇ GCKE ਤੋਂ ਤੁਹਾਡਾ ਕਿੰਨਾ ਕੁ ਮਨ ਜ਼ਿਆਦਾ ਲੱਗਦਾ, ਜਾਣੀ ਕਿ ਕਹਿਣ ਦਾ ਭਾਵ ਇਹ ਆ ਕਿ ਜਿਹੜੀਆਂ ਤੁਹਾਡੀਆਂ 3 ਰਿਫਿਊਜ਼ਲਾਂ ਸੀਆਂ ਪਹਿਲਾਂ, ਚੌਥੀ ਵਾਰ ਅਸੀਂ ਕੈਨੇਡਾ ਦਾ ਸਪਾਊਸ ਵੀਜ਼ਾ ਅਪਲਾਈ ਕੀਤਾ, ਕੀ ਤੁਹਾਨੂੰ ਲੱਗਿਆ ਕਿ ਇਹ APR ਤੋਂ ਫਾਈਲ ਆਈ ਆ ਉਹਦੇ ਕਰਕੇ ਵੀਜ਼ਾ ਆਇਆ, ਜਾਂ ਫਿਰ ਤੁੱਕਾ ਲੱਗਿਆ, ਜਾਂ ਸਾਡਾ ਐਕਸਪੀਰੀਅੰਸ ਸੀ ਆ ਜਿਹੜੇ ਸਾਡੇ RCI ਸੀ ਆ ਤਾਂ ਕਰਕੇ ਤੁਹਾਡੀ ਫਾਈਲ ਤੇ ਵੀਜ਼ਾ ਆਇਆ, ਜਲਦੀ ਦੱਸ ਦਿਓ ਮੜਾ ਜੀ। ਇਹ ਮੈਨੂੰ ਨੋਲਜ ਦਾ ਮੈਟਰ ਹੈ ਜੀ, ਇਹਦੇ ਵਿੱਚ APR ਪ੍ਰੋਫਾਈਲ ਦਾ ਤਾਂ ਇੰਨਾ ਕੁ ਲਾਈਕ ਉਹ ਸੀ ਕਿ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਸਪੇਸ ਮਿਲ ਗਈ ਡਾਟਾ ਅਪਲੋਡ ਕਰਨ ਦੇ ਲਈ, ਜ਼ਿਆਦਾ ਉਹਨੂੰ ਰੀਪ੍ਰਜੈਂਟੇਸ਼ਨ ਬਹੁਤ ਅੱਛੇ ਤਰੀਕੇ ਦੇ ਨਾਲ ਹੋ ਗਈ APR ਦੇ ਵਿੱਚ। ਬਟ ਤੁਹਾਡੇ ਕੋਲੋਂ ਲਾਈਕ ਇਹ ਮੇਰਾ ਬੀਜ਼ੀ ਹੋਣ ਦਾ ਲਾਈਕ ਜਿਹੜਾ ਮੇਨ ਕ੍ਰੈਡਿਟ ਹੈ ਉਹ ਤੁਹਾਡੀ ਨੋਲਜ ਦਾ ਹੈ, ਉਹ ਤੁਹਾਨੂੰ ਜਾਂਦਾ ਹੈ, ਕਿਉਂਕਿ ਉਹ ਪ੍ਰੋਫਾਈਲ ਕੰਪਲੀਕੇਟ ਪ੍ਰੋਫਾਈਲ ਦੇ ਉੱਤੇ ਵਰਕ ਕਰਕੇ ਉਹ ਚੀਜ਼ ਨੂੰ ਸੋਰਟ ਆਊਟ ਕਰਨਾ ਉਹ ਤਾਂ ਇੱਕ ਦਿਮਾਗ ਦੀ ਖੇਡ ਹੈ, ਉਹਦੇ ਉੱਤੇ APR ਪੋਰਟਲ ਕੁਛ ਨਹੀਂ ਕਰੇਗਾ। ਬਿਲਕੁਲ IRCC ਮੈਂਬਰ ਬਹੁਤ ਜਣੇ ਹੋਣਗੇ, APR ਪੋਰਟਲ ਵੀ ਬਹੁਤ ਹੋਣਗੇ, ਬਟ ਨੋਲਜ ਜਿਹੜੀ ਹੈ ਜਿਹੜੀ ਲਾਈਕ ਪ੍ਰੋਫੈਸ਼ਨਲਿਜ਼ਮ ਚੀਜ਼ਾਂ ਨੂੰ ਵਰਕ ਕੀਤਾ ਜਾਂਦਾ ਹੈ ਉਹ ਕਿਤੇ ਨਹੀਂ ਹੋਏਗਾ, ਉਹ ਚੀਜ਼ ਲਾਈਕ ਮੈਨੂੰ ਤੁਹਾਡੇ ਤੋਂ ਬਿਲਕੁਲ ਮਿਲੀ ਅਤੇ ਆਪਣਾ ਰਿਜ਼ਲਟ ਵੀ ਲੈ ਕੇ ਆਈ। ਅਸੀਂ ਥੈਂਕ ਯੂ ਕਰਦੇ ਹਾਂ ਸਾਡੇ RCIC ਬਾਈ ਅਮਨ ਵੱਲੋਂ, ਤੇ ਮੈਂ ਵੀ ਤੁਹਾਡਾ ਥੈਂਕਸ ਕਰਦਾ, ਸਾਡੀ ਫਰਮ ਦੇ ਜਿੰਨੇ ਵੀ ਸੱਜਣ ਆ ਤੁਹਾਡਾ ਥੈਂਕਸ ਕਰਦੇ, ਤੁਸੀਂ ਸਾਡੇ ਤੇ ਯਕੀਨ ਕੀਤਾ। ਤੇ ਬਾਈ ਪ੍ਰੀਤ, ਹੁਣ ਜਾਂਦਿਆਂ ਜਾਂਦਿਆਂ ਆਪਾਂ ਇੱਕ ਤੁਹਾਡੇ ਤੱਕ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਤੁਹਾਨੂੰ ਸੱਜਣ ਮਿਲਦੇ ਉਹਨਾਂ ਨੂੰ ਡੈਫੀਨੇਟਲੀ ਇਹ ਦੱਸੋ ਕਿ ਆਲਵੇਜ਼ ਚੂਜ਼ RCIC, ਠੀਕ ਹੈ, ਰਿਟੇਨਰ ਸਾਈਨ ਕਰੋ, ਠੀਕ ਹੈ, ਉਹਦੇ ਤੋਂ ਫੀਸ ਰਸੀਦਾਂ ਮੰਗੋ,
ਠੀਕ ਹੈ, ਜੋ ਉਹ ਕਰ ਰਿਹਾ ਉਹ ਉਹਦੇ ਤੋਂ ਡੈਫੀਨੇਟਲੀ ਮੰਗੋ, ਕਿੱਦਾਂ ਸਾਰਾ ਕੁਝ ਚੱਲ ਰਿਹਾ, ਸਕਰੀਨਸ਼ਾਟ ਮੰਗੋ, ਇਹ ਸਾਰੀਆਂ ਚੀਜ਼ਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੂਜੇ ਦਰਸ਼ਕਾਂ ਨੂੰ ਦੱਸੋਗੇ। ਇਹ ਸਾਡੇ ਨਾਲ ਵਾਅਦਾ ਕਰਕੇ ਜਾਓ ਕਿ ਆਪਾਂ ਚਾਹੁੰਦੇ ਹਾਂ ਕਿ ਚੰਗੇ ਤਰੀਕੇ ਨਾਲ ਸਾਡੇ ਭੈਣ ਭਰਾ ਕੈਨੇਡਾ ਆਉਣ ਤੇ ਆਪਾਂ ਨੀਟ ਐਂਡ ਕਲੀਨ ਕਰ ਸਕੀਏ ਸਾਰੀਆਂ ਚੀਜ਼ਾਂ। ਹਾਂਜੀ ਹਾਂ ਬਿਲਕੁਲ, ਆਪਣਾ ਸਿਮਿਲ ਸੇਮ ਜੋ ਵੀ ਤੁਸੀਂ ਹੈ ਨਾ ਇਹ ਚੀਜ਼ ਕਹਿ ਰਹੇ ਹੋ ਕਿ ICC ਮੈਂਬਰ ਹੋਣਾ ਚਾਹੀਦਾ ਹੈ, ਆਈ ਥਿੰਕ ਕਿ ਡੈਫੀਨੇਟਲੀ ਹਰ ਇੱਕ ਪ੍ਰੋਫਾਈਲ ਐਵੇਂ ਹੀ ਵਰਕਆਊਟ ਹੋਣਾ ਚਾਹੀਦਾ, ਉਹਦੇ ਉੱਤੇ ਪ੍ਰੋਫੈਸ਼ਨਲੀ ਵਰਕਆਊਟ ਹੋਣਾ ਚਾਹੀਦਾ ਹੈ, ਐਗਰੀਮੈਂਟ ਵੀ ਹੋਣਾ ਚਾਹੀਦਾ ਤਾਂ ਕਿ ਜੋ ਵੀ ਅਗਰ ਕੱਲ੍ਹ ਨੂੰ ਫਰੋਡ ਹੁੰਦਾ ਹੈ ਜਾਂ ਕੱਲ੍ਹ ਨੂੰ ਵਿੱਚ ਕੁਛ ਨਿਕਲ ਕੇ ਆਉਂਦੀ ਹੈ ਗੱਲ ਪ੍ਰੋਫਾਈਲ ਦੇ ਵਿੱਚੋਂ, ਤਾਂ ਐਟ ਲੀਸਟ ਬੰਦਾ ਜਿਹੜਾ ਕਰਨ ਵਾਲਾ ਹੈ ਕੰਮ ਉਹ ਆਨਸਰੇਬਲ ਤਾਂ ਹੋਵੇ, ਉਹ ਆਪਣਾ ਕੋਈ ਹੋਰ ਗੱਲ ਕਹਿ ਕੇ ਜਾਂ ਉਹ ਆਪਣਾ ਪੱਲਾ ਤੇ ਨਾ ਝਾੜੇ। ਸੋ ਇਹ ਚੀਜ਼ ਜ਼ਰੂਰੀ ਹੈ ਬਹੁਤ ਜ਼ਿਆਦਾ ਕਿ ਜੋ ਵੀ ਵਰਕ ਹੋਣਾ ਚਾਹੀਦਾ ਹੈ ਐਗਰੀਮੈਂਟ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਈਵਨ ICC ਜਿਹੜੇ ਲਾਈਕ ਤੁਸੀਂ ਕੰਸਲਟੈਂਟਸ ਹੋ ਗਏ, ਇਹਨਾਂ ਦੇ ਨਾਲ ਹੀ ਵਰਕ ਹੋਣਾ ਚਾਹੀਦਾ ਹੈ। ਨੋਰਮਲ ਜਿਹੜੇ ਲਾਈਕ ਏਜੰਟਸ ਹੋ ਗਏ ਸਪੈਸ਼ਲੀ ਪੰਜਾਬ ਦੇ ਉਹ ਵਿੱਚ ਹੋ ਗਏ ਜਾਂ ਹੈ ਨਾ, ਉਹਨਾਂ ਤੋਂ ਤੇ ਬਚਣਾ ਹੀ ਜ਼ਰੂਰੀ ਹੈ, ਕਿਉਂਕਿ ਉਹ ਉੱਥੇ ਲੈਕ ਕਰਦੇ ਨੇ ਕਿ ਉਹਨਾਂ ਕੋਲ ਖੁਦ ਕੋਲ ਨੌਲੇਜ ਨਹੀਂ ਹੈਗੀ ਉਹ ਚੀਜ਼ ਦੀ, ਉਹ ਜਸਟ ਆਪਣਾ ਇੱਕ ਇਨਕਮ ਸੋਰਸ ਬਣਾ ਕੇ ਰੱਖਣ ਦੇ ਕਰਕੇ ਉਹ ਚੀਜ਼ ਚਲਾਈ ਜਾ ਰਹੇ ਨੇ ਕੰਮ। ਬਟ ਇਹ ਹੁਣ ਰਿਸਪੋਂਸੀਬਿਲਟੀ ਨਾ ਲੋਕਾਂ ਦੀ ਹੈ ਕਿ ਉਹਨਾਂ ਨੂੰ ਆਪਣੀਆਂ ਲਾਈਕ ਕੋਂਪਲੀਕੇਸ਼ਨਸ ਨਹੀਂ ਵਧਾਉਣੀਆਂ ਚਾਹੀਦੀਆਂ ਹੈਗੀਆਂ, ਉਹਨਾਂ ਨੂੰ ਖੁਦ ਲਾਈਕ ਵਧੀਆ ਤਰੀਕੇ ਦੇ ਨਾਲ ਆਪਣੀ ਪ੍ਰੋਫਾਈਲ ਸੈਟਅਪ ਕਰਨੀ ਚਾਹੀਦੀ ਹੈ, ਵਧੀਆ ਤਰੀਕੇ ਦੇ ਨਾਲ ਕੰਸਲਟ ਕਰਨਾ ਚਾਹੀਦਾ ਹੈ, ਵਧੀਆ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ, ਐਗਰੀਮੈਂਟ ਕਰਕੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਚਾਹੀਦਾ, ਚੱਲਣਾ ਚਾਹੀਦਾ। ਉਹਨਾਂ ਨੂੰ ਸਪੂਨ ਫੀਡਿੰਗ ਨਹੀਂ ਕਰਨੀ ਚਾਹੀਦੀ ਹੈਗੀ, ਉਹਨਾਂ ਨੂੰ ਲਾਈਕ ਜਸਟ ਲਾਈਕ ਡਿਮਾਂਡ ਨਹੀਂ ਕਰਨੀ ਚਾਹੀਦੀ ਹੈਗੀ ਸਪੂਨ ਫੀਡਿੰਗ ਦੀ ਵੀ, ਬਸ ਬਈ ਤੁਸੀਂ ਕਰ ਦਿਓ ਸਾਰਾ ਕੁਛ।